ਰਾਮ ਨੌਮੀ ਦੇ ਉੱਤੇ ਵੱਖ-ਵੱਖ ਜਗ੍ਹਾ ਦੇ ਉੱਤੇ ਹਿੰਸਕ ਘਟਨਾਵਾਂ ਹੋਈਆਂ ਦੁਕਾਨਾਂ ਨੂੰ ਵੀ ਅੱਗ ਲਾ ਦਿੱਤੀ ਗਈਆਂ ਜਿਹੜੀਆਂ ਮੁਸਲਮਾਨ ਲੋਕਾਂ ਦੇ ਨਾਲ ਸੰਬੰਧਿਤ ਸੀ ਕੀ ਇਹ ਗੁੰਡਾਗਰਦੀ ਹੈ ਸਾਲ 'ਚ ਸਾਡਾ ਇੱਕ ਪ੍ਰੋਗਰਾਮ ਹੈ ਥੋੜੇ 50 ਤੋਂ 60 ਆਉਂਦੇ ਆ ਠੀਕ ਹੈ ਵੀ ਇਹੇ ਜੇ ਕਰਦੇ ਇਹਨਾਂ ਨੂੰ ਕਰ ਲੈੰਦੋ ਤੁਹਾਨੂੰ ਕੀ ਮਸਜਿਦ ਅੱਗੇ ਜਾ ਕੇ ਝਾਗਮਾ ਝੰਡਾ ਲਹਿਰਾਉਣਾ ਉਹ ਵੀ ਕਿੱਡੀ ਕੀ ਬਾਤ ਸਾਡਾ ਸਾਲ ਦੇ ਵਿੱਚ ਇੱਕ ਪ੍ਰੋਗਰਾਮ ਸੀਗਾ ਰਾਮ ਨੌਮੀ ਦਾ ਰਾਮ ਨੌਮੀ ਵਾਲੇ ਦਿਨ ਸਾਡਾ ਜਿਹੜਾ ਫੰਕਸ਼ਨ ਸੀ ਉਹਨੂੰ ਅਸੀਂ ਖਰਾਬ ਕਰਾਂਗੇ ਜਾਂ ਉਸ ਦਿਨ ਤਲਵਾਰਾ ਲੈ ਕੇ ਨਿਕਲਾਂਗੇ ਉੱਥੇ 72% ਦੇ ਕਰੀਬ ਜਿਹੜੀ ਆ ਏਰੀਆ ਹੈ ਉਹਨਾਂ ਦੇ ਵਿੱਚ ਹਿੰਦੂ ਭਾਈਚਾਰੇ ਦੀ ਵਾਦੀ ਹੈ 18% ਮੁਸਲਮਾਨ ਭਾਈਚਾਰੇ ਦੀ ਹੈ ਤੇ ਕਿਵੇਂ ਉਹ ਖਤਰੇ 'ਚ ਕਿਵੇਂ ਹੋ ਗਏ ਉੱਥੇ ਕਹਿੰਦੇ ਵੀ ਹਿੰਦੂ ਖਤਰੇ ਸੀ 72% ਵਾਲਾ ਬੰਦਾ ਖਤਰੇ 'ਚ ਕਿਵੇਂ ਅਸੀਂ ਕਿਸੇ ਬੰਦੇ ਦੀ ਉਂਗਲ ਉਠਾਉਣ ਤੇ ਉਹਨੂੰ ਸਫਾਈਆਂ ਕੌਣ ਕਿਉਂ ਦਈਏ ਕਿਸੇ ਨੂੰ ਵੀ ਵਾਰ-ਵਾਰ ਇਹੀ ਸਫਾਈ ਦੇਣੀ ਪੈਂਦੀ ਹੈ ਕਿ ਨਹੀਂ ਜੀ ਅਸੀਂ ਦੇਸ਼ ਵਿਰੋਧੀ ਨਹੀਂ ਅਸੀਂ ਦੇਸ਼爱ਤਾ ਸਾਡੀਆਂ ਸਭ ਤੋਂ ਵੱਧ ਕੁਰਬਾਨੀਆਂ ਆਏ ਵਾਰ ਇੱਕ ਸਫਾਈ ਸਿੱਖਾਉਣ ਵੀ ਆ ਦੇਣੀ ਪੈਂਦੀ ਹੈ ਇੱਕ ਵਿਅਕਤੀ ਨਾਰਾ ਲਗਾਉਂਦਾ ਕਿ ਹਿੰਦੂ ਰਾਸ਼ਟਰ ਬਣਾਵਾਂਗੇ ਉੱਤੇ ਕੋਈ ਗੱਲ ਨਹੀਂ ਜੇ ਕੋਈ ਖਾਲਸਾਤਾਨ ਦੀ ਗੱਲ ਕਰਦਾ ਹੋਏ ਪਰਚਾ ਬਣਾ ਕਮਾਲ ਕਰੀ ਜੰਨੇ ਯਾਰ ਹਿੰਦੂ ਰਾਸ਼ਟਰ ਸਾਨੂੰ ਮਿਲਿਆ ਵੰਡ ਦੇ ਵਿੱਚ ਸੰਵਿਧਾਨ ਕਹਿੰਦਾ ਕਿ ਮੇਰੇ ਦੇਸ਼ ਦਾ ਕੋਈ ਧਰਮ ਨਹੀਂ ਪਾਕਿਸਤਾਨ ਦਾ ਧਰਮ ਹੈ ਪਰ ਜਿਹੜਾ ਹਿੰਦੁਸਤਾਨ ਜਾਂ ਪਹਿਲੀ ਗੱਲ ਤਾਂ ਹਿੰਦੁਸਤਾਨ ਸ਼ਬਦ ਹੀ ਨਹੀਂ ਭਾਰਤ ਸ਼ਬਦ ਹੈ ਸੰਵਿਧਾਨ ਦੇ ਵਿੱਚ ਉਹਦਾ ਕੋਈ ਧਰਮ ਨਹੀਂ ਆਪਣਾ ਕੋਈ ਧਰਮ ਨਹੀਂ ਇਹ ਬਿਨਾ ਫਾਲਤੂ ਜਿਹੜਾ ਰਾਮ ਭਗਤਾਂ ਨੂੰ ਸਨਾਤਨੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ ਜਦੋਂ ਕੋਈ ਸਰਕਾਰ ਚਾਹੇ ਉਹ ਸਟੇਟ ਗਵਰਨਮੈਂਟ ਹੈ ਚਾਹੇ ਸੈਂਟਰ ਗਵਰਨਮੈਂਟ ਹੈ ਜਦੋਂ ਕਿਸੇ ਦੀ ਮਾੜੀ ਜੀ ਚੂੜੀ ਕੱਸਦੀ ਹੈ ਉਦੋਂ ਫਰੀडम ਆਫ ਸਪੀਚ ਫਰੀडम ਆਫ ਐਕਸਪ੍ਰੈਸ਼ਨ ਦੀਆਂ ਗੱਲਾਂ ਆ ਜਾਂਦੀਆਂ ਮੈਂ ਤਾਂ ਇਹ ਪੁੱਛਦਾ ਵੀ ਐਨਐਸਏ ਲਾਉਣਾ ਬਿਲਕੁਲ ਸਹੀ ਹੈ ਭਾਈ ਮੈਂ ਤਾਂ ਕਹਿੰਨੇ ਨੂੰ ਫੜਨ ਵੀ ਨਾ ਜਿਹੜੇ ਨੇ ਕਿਹਾ ਸੀ ਨਾ ਵੀ ਭਾਈ ਦੇ ਨੂੰ ਵਾਹਣ ਇੱਕੋ ਜੇ ਹੁੰਦੇ ਆ ਇਹਨੂੰ ਵਾਹਣ ਹੀ ਮਨਵਾਉਣੇ ਆ ਪੰਜਾਬ ਦੇ ਕਿੰਨੇ ਆ ਮੇਰੇ ਬੰਦਿਆ ਦੇ ਉੱਤੇ ਮੰਨ ਲਓ ਸੋਨੀਏ ਜਨਾਲੇ ਦੇ ਉੱਤੇ ਪਰਚਾ ਦਿੱਤਾ ਗਿਆ 153 ਇਹਦਾ ਪਰਚਾ ਦਿੱਤਾ ਕਿਸੇ ਸਨਾਤਨੀ ਨੇ ਕਿਸੇ ਨੇ ਕੋਈ ਉਥੇ ਗੰਦ ਪਾਇਆ 400 ਮੁੰਡਾ ਇਧਰ ਦੂਜੇ ਪਾਸੇ ਵੀ ਜੇਲ੍ਹ ਦੇ ਦਿੱਤਾ ਕੋਈ ਐਂ ਕਰ ਲੋਕਵਾਇ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰ ਜੀ ਸਿੱਧੂ ਦੋਸਤੋ ਪਿਛਲੇ ਦਿਨੀ RAM NAMI ਦਾ ਤਿਹਾੜ ਲੰਘਿਆ ਉਸ ਤਿਹਾੜ ਦੇ ਦੌਰਾਨ ਵੱਖ-ਵੱਖ ਜਗ੍ਹਾ ਦੇ ਵਿੱਚ ਦੇਸ਼ ਦੇ ਵਿੱਚ ਵੱਖ-ਵੱਖ ਜਗ੍ਹਾ ਦੇ ਉੱਤੇ ਕਈ ਹੰਸਕ ਘਟਨਾਵਾਂ ਹੋਈਆਂ ਉਹ ਹੰਸਕ ਘਟਨਾਵਾਂ ਇਹ ਕਿਹਾ ਜਾ ਰਿਹਾ ਕਿ ਦੋ ਭਾਈਚਾਰਿਆਂ ਦੇ ਵਿੱਚ ਹੋਈਆਂ ਜਿਨ੍ਹਾਂ ਦੇ ਵਿੱਚ ਜਿਹੜਾ Hindu ਭਾਈਚਾਰਾ ਤੇ ਮੁਸਲਮਾਨ ਪਾਈਚਾਰਾ ਉਹਨਾਂ ਦੇ ਵਿੱਚ ਇਹ ਹਿੰਸੇ ਘਟਨਾਵਾਂ ਵਾਪਰੀਆਂ ਇਹਨਾਂ ਹਿੰਸੇ ਘਟਨਾਵਾਂ ਦੇ ਪਿੱਛੇ ਕੀ ਕਾਰਨ ਹੈ ਕਿਉਂ ਜਿਹੜਾ ਇੱਕ ਚੱਲ ਰਿਹਾ ਸਿਸਟਮ ਕਿ ਜੋ ਦੇਸ਼ ਦੇ ਵਿੱਚ ਗੱਲ ਵੀ ਚੱਲ ਰਹੀ ਹੈ ਵੱਖ-ਵੱਖ ਤਰੀਕੇ ਦੇ ਨਾਲ ਵੀ ਇੱਕ ਹਿੰਦੂ ਰਾਸ਼ਟਰ ਨੂੰ ਪ੍ਰੋਮੋਟ ਕਰਨ ਵਾਲੀਆਂ ਸ਼ਕਤੀਆਂ ਇੱਕ ਜਿਹੜਾ ਕਿ ਦੇਸ਼ ਦੇ ਵੱਖ-ਵੱਖ ਜਗ੍ਹਾ ਦੇ ਉੱਤੇ ਕੰਮ ਕਰ ਰਹੀਆਂ ਜਿਸ ਤੇ ਵਿੱਚ ਵੱਡਾ ਨਾਮ ਕੇਂਦਰ ਦੇ ਸੱਤਾ ਦੇ ਵਿੱਚ ਰਾਜ ਕੇਰੀਰੀ ਪਾਰਟੀ ਬੀਜੇਪੀ ਦਾ ਵੀ ਆਉਂਦਾ ਕਿ ਬਾਕੀ ਸਾਰੇ ਮੁੱਦਿਆਂ ਦੇ ਉੱਤੇ ਬੋਲਦੇ ਆ ਬੜਾ ਜਦ ਆਪਣੀ ਵਾਰੀ ਆਉਂਦੀ ਆ ਤਾਂ ਉਹ ਚੁੱਪ ਰਹਿੰਦੇ ਆ ਤਾਂ ਕੀ ਉਹ ਸ਼ਹਿ ਦੇ ਰਹੇ ਆ ਇਹਨਾਂ ਸਾਰੀਆਂ ਗੱਲਾਂ ਦੇ ਪਿੱਛੇ ਕੀ ਕਾਰਨ ਹੈ ਤੇ ਕਿਉਂ ਜਿਹੜੀਆਂ ਇਹਨਾਂ ਕਾ ਟਰਾਮਾਂ ਤੇ ਜਿਹੜੇ ਆ ਉਹ ਹਿੰਦੂ ਲੀਡਰ ਚੁੱਪ ਹੈ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਹਿੰਦੂ ਮਹਾ ਗਠਬੰਧਨ ਦੇ ਜਿਹੜੇ ਆਗੂ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਸੰਦੀਪ ਪਾਟਕ ਜੀ ਨੇ ਆ ਪਾਟਕ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜਿੰਨਾ ਤੱਕ ਸਾਡੀ ਗੱਲ ਜਾ ਰਹੀ ਹੈ ਸਾਰਿਆਂ ਨੂੰ ਰਾਮ ਰਾਮ ਵੱਖ ਸਭ ਸਭ ਤੋਂ ਪਹਿਲਾ ਸਵਾਲ RAM NAUMI ਦੇ ਉੱਤੇ ਵੱਖ-ਵੱਖ ਜਗ੍ਹਾ ਦੇ ਉੱਤੇ ਹੰਸਕ ਘਟਨਾਵਾਂ ਹੋਈਆਂ ਸ਼ੋਭਾ ਯਾਤਰਾ ਨਿਕਲ ਰਹੀ ਸੀ ਉਸ ਦੇ ਦੌਰਾਨ ਕਈ ਮਸਜਿਦਾਂ ਅੱਗੇ ਵੀ ਝੰਡੇ ਲਹਿਰਾਏ ਗਏ ਕਈਆਂ ਦੇ ਅੱਗੇ ਪੰਨ ਤੋੜ ਵੀ ਕੀਤੀ ਗਈ ਕਈ ਜਿਹੜੀਆਂ ਦੁਕਾਨਾਂ ਨੂੰ ਵੀ ਅੱਗ ਲਾ ਦਿੱਤੀ ਗਈ ਜਿਹੜੀਆਂ ਮੁਸਲਮਾਨ ਲੋਕਾਂ ਦੇ ਨਾਲ ਸੰਬੰਧਿਤ ਸੀ ਕੀ ਇਹ ਗੁੰਡਾਗਰਦੀ ਨਹੀਂ ਤੁਸੀਂ ਬੜਾ ਵਧੀਆ ਸਵਾਲ ਕੀਤਾ ਕਿ ਮਸਜਿਦਾਂ ਦੇ ਅੱਗੇ ਜਾਂ RAM NAUMI ਦੇ ਦਿਨ ਜਿਹੜੇ ਵੀ ਤੁਸੀਂ ਸਵਾਲ ਇਹ ਕਰ ਰਹੇ ਹੋ योगी जी ਨੇ ਵੀ ਇੱਕ ਬੜੀ ਵਧੀਆ ਗੱਲ ਬੋਲੀ ਸੀ ਉਹਨਾਂ ਨੂੰ ਜਦੋਂ ਇਹ ਸਵਾਲ ਪੁੱਛਿਆ ਗਿਆ ਸੀਗਾ ਉਸ ਦਿਨ ਬਾਈ ਚਾਂਸ ਕਹਿੰਦੇ ਸ਼ੁੱਕਰਵਾਰ ਸੀਗਾ ਇਹਨਾਂ ਦਾ ਜੁਮੇ ਦਾ ਦਿਨ ਹੁੰਦਾ ਤੇ ਉਹ ਕਹਿੰਦੇ ਵੀ ਇਹ ਸਾਲ ਦੇ ਵਿੱਚ ਇਹਨਾਂ ਦਾ 50 ਤੋਂ ਮੰਨ ਕੇ ਚੱਲੋ 52 55 ਜਿਹੜੇ ਜੁਮੇ ਆਉਂਦੇ ਆ ਰਾਮ ਨੌਮੀ ਆਉਣੀ ਹੈ ਸਾਲ ਚ ਇੱਕ ਵਾਰੀ ਜੇ ਰਾਮ ਨੌਮੀ ਧੂਮ ਧਾਮ ਨਾਲ ਮਨਾ ਲਈ ਜਾਊਗੀ ਜੇ ਆਪਦੇ ਜਿਹੜੇ ਫੰਕਸ਼ਨ ਕਰਨੇ ਆ ਰਾਮ ਪਕਤਾ ਨੇ ਸਨਾਤਨੀਆਂ ਨੇ ਉਹਦੇ ਵਿੱਚ ਕਿਸੇ ਨੂੰ ਕੀ ਦਿੱਕਤ ਹੈ? ਰਾਮ ਨੌਮੀ ਦੇ ਦਿਨ ਜਿਹੜੇ ਜਲੂਸ ਆ ਰਹੇ ਸੀ ਉਹਨਾਂ ਦੇ ਉੱਤੇ ਪਥਰਾਵ ਜਿਹੜੇ ਕੀਤੇ ਗਏ ਜਿਹੜੇ ਉਹਨਾਂ ਦੇ ਉੱਤੇ ਹਮਲੇ ਕੀਤੇ ਗਏ ਤੁਹਾਨੂੰ ਕੀ ਲੱਗਦਾ ਉੱਥੇ ਕੀ ਕਰਨਾ ਚਾਹੀਦਾ ਸੀਗਾ? ਉਹਦੇ ਵਿੱਚ ਵੀ ਕਸੂਰ ਸਾਡਾ। ਤੁਹਾਨੂੰ ਲੱਗਦਾ ਵੀ ਤੁਹਾਡੇ ਘਰੇ ਕੋਈ ਫੰਕਸ਼ਨ ਹੋਵੇ, ਤੁਹਾਡੇ ਘਰੇ ਕੋਈ ਪ੍ਰੋਗਰਾਮ ਹੋਵੇ ਤੁਸੀਂ ਉਹਦੇ ਵਿੱਚ ਆਪ ਅੱਗ ਲਾਉਂਗੇ, ਆਪ ਜਲੂਸ ਕਰੋਗੇ, ਜਲੂਸ ਕੱਢੋਗੇ, ਮਾਹੌਲ ਖਰਾਬ ਕਰੋਗੇ। ਸਾਡਾ ਸਾਲ ਦੇ ਵਿੱਚ ਇੱਕ ਪ੍ਰੋਗਰਾਮ ਸੀਗਾ ਰਾਮ ਨੌਮੀ ਦਾ ਰਾਮ ਨੌਮੀ ਵਾਲੇ ਦਿਨ ਸਾਡਾ ਜਿਹੜਾ ਫੰਕਸ਼ਨ ਸੀ ਉਹਨੂੰ ਅਸੀਂ ਖਰਾਬ ਕਰਾਂਗੇ ਜਾਂ ਉਸ ਦਿਨ ਤਲਵਾਰਾ ਲੈ ਕੇ ਨਿਕਲਾਂਗੇ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੇ ਰਾਮ ਭਗਤ ਸੀਗੇ ਸਨਾਤਨੀ ਵੀਰ ਸੀਗੇ ਉਹ ਆਪ ਦਾ ਪ੍ਰੋਗਰਾਮ ਕਰ ਰਹੇ ਸੀਗੇ ਠੀਕ ਹੈ ਉਹਨੂੰ ਬੜੀ ਵਿਉਂਤਬੰਦੀ ਦੇ ਨਾਲ ਤਰੀਕੇ ਦੇ ਨਾਲ ਜਿਹੜਾ ਖਰਾਬ ਕੀਤਾ ਗਿਆ ਉਹਦੇ ਉੱਤੇ ਪਥਰਾਵ ਕੀਤੇ ਗਏ ਠੀਕ ਹੈ ਤੇ ਇਹ ਬਿਨਾ ਫਾਲਤੂ ਜਿਹੜਾ ਰਾਮ ਭਗਤਾਂ ਨੂੰ ਸਨਾਤਰੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ ਜਿਹਦੇ ਪਿੱਛੇ ਆਪਾਂ ਨੂੰ ਪਤਾ ਹੀ ਹੈ ਕਿ ਜਿਹੜੀਆਂ ਸਾਜ਼ਿਸ਼ਾਂ ਹੁੰਦੀਆਂ ਵੀ ਜਦੋਂ ਚਾਹੇ ਉਹ ਕਹਿ ਲੋ ਕਿ ਮਾਹੌਲ ਖਰਾਬ ਕਰਨਾ ਕਿਸੇ ਸਟੇਟ ਦਾ ਚਾਹੇ ਇੱਕ ਸਮੁਦਾਏ ਨੂੰ ਬਹੁ ਗਿਣਤੀ ਨੂੰ ਜਾਣ ਬੁੱਝ ਕੇ ਟਾਰਗੇਟ ਕਰਨਾ ਇਹ ਇਤੋਂ ਬਿਨਾ ਕੋਈ ਵੀ ਹੋਰ ਗੱਲ ਨਹੀਂ ਹੈਗੀ ਨਹੀਂ ਟਾਰਗੇਟ ਬਹੁ ਗਿਣਤੀ ਹੋ ਰਹੀ ਹੈ ਘੱਟ ਗਿਣਤੀ ਹੋ ਰਹੀ ਹੈ ਸ਼ੁਰੂ ਤੋਂ ਹੀ ਇਹ ਗੱਲ ਹੈ ਕਿ ਜਿਵੇਂ ਪੰਜਾਬ ਦੇ ਵਿੱਚ ਵੀ ਅੰਮ੍ਰਿਤਪਾਲ ਦਾ ਮਾਹੌਲ ਬਣਾ ਕੇ ਬਦਨਾਮ ਪੂਰੇ ਦੇਸ਼ ਦੇ ਵਿੱਚ ਸਿੱਖਾਂ ਨੂੰ ਕੀਤਾ ਗਿਆ ਆ ਜਿਹੜੇ ਦੂਜੀਆਂ ਸੂਬਿਆਂ ਦੇ ਵਿੱਚ ਸਿੱਖ ਬੈਠੇ ਆ ਉਹਨਾਂ ਦੇ ਵਿੱਚ ਇਹ ਦੇਖਿਆ ਜਾ ਰਿਹਾ ਕਿ ਖਣੀ ਹੱਤਵਾਦੀ ਹੈ ਹਾਲਾਂਕਿ ਪੰਜਾਬ ਦੇ ਵਿੱਚ ਮਾਹੌਲ ਹੀ ਕੋਈ ਨਹੀਂ ਕਿ ਇਸ ਤਰੀਕੇ ਦੀਆਂ ਸ਼ਾਸਨ ਸਾਰੇ ਦੇਸ਼ ਦੇ ਵਿੱਚ ਤਾਂ ਨਹੀਂ ਕੰਮ ਕਿਹੜਾ ਕਿਹੜਾ ਕਹਿੰਦਾ ਤੁਹਾਨੂੰ ਸਿੱਖਾਂ ਨੂੰ ਕਿੱਥੇ ਬਦਨਾਮ ਕੀਤਾ ਗਿਆ ਹਰੇਕ ਬੰਦਾ ਹਰੇਕ ਬੰਦਾ ਹਰੇਕ ਮੀਡੀਆ ਦੇਖੋ ਜੇ ਇੱਕ ਦੋ ਕੋਈ ਬੰਦੇ ਨਲੈਕੀ ਕਰ ਰਹੇ ਹੁਣ ਮੈਂ ਕਹਿ ਨਹੀਂ ਸਕਦਾ ਦੇਸ਼ ਦਾ ਗ੍ਰਹਿ ਮੰਤਰੀ ਦੇਖੋ ਇਹ ਕਹਿ ਰਿਹਾਗਾ ਕਹਿੰਦਾ ਨਹੀਂ ਸਿੱਖਾਂ ਦੀਆਂ ਸਭ ਤੋਂ ਵੱਧ ਕੁਰਬਾਨੀਆਂ ਨੇ ਹਰੇਕ ਥਾਂ ਤੇ ਸਿੱਖਾਂ ਨੂੰ ਰਿਸਪੈਕਟ ਕੀਤੀ ਜਾ ਰਹੀ ਹੈ ਦੇਸ਼ ਦਾ ਪ੍ਰਧਾਨ ਮੰਤਰੀ ਸਿੱਖ ਜਿਹੜੇ ਵੀਰ ਨੇ ਸਾਡੇ ਜਿਹੜੇ ਸਿੱਖਾਂ ਦੇ ਬੁੱਧੀਜੀਵੀ ਨੇ ਕੋਈ ਇਹਨਾਂ ਦੇ ਸਮprdਾਇਆ ਦੇ ਪ੍ਰਧਾਨ ਨੇ ਜਥੇਬੰਦੀਆਂ ਦੇ ਕੋਈ ਜਥੇਦਾਰ ਨੇ ਕੋਈ ਜ ਨੇ ਉਹਨਾਂ ਨਾਲ ਮੀਟਿੰਗਾਂ ਕਰ ਰਿਹਾ ਉਹਨਾਂ ਨੂੰ ਬਣਦੀ ਇੱਜ਼ਤ ਮਾਨ ਸਤਕਾਰ ਦੇ ਰਿਹਾ ਉਹਨਾਂ ਨੂੰ ਉਹਨਾਂ ਦੀਆਂ ਸਮੱਸਿਆਵਾਂ ਪੁੱਛ ਰਿਹਾ ਹਰੇਕ ਥਾਂ ਦੇ ਉੱਤੇ ਹਰੇਕ ਥਾਂ ਦੇ ਉੱਤੇ ਮਤਲਬ ਮੈਨੂੰ ਲੱਗਦਾ ਵੀ ਜਿੰਨਾ ਬੀਜੇਪੀ ਦੇ ਸਮੇਂ ਦੇ ਦੌਰਾਨ ਚਾਹੇ ਉਹ ਮੋਦੀ ਜੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਚਾਹੇ ਉਹ ਅਮਿਤ ਸ਼ਾਹ ਨੇ ਦੀਸ਼ਤੀ ਗ੍ਰਮ ਮੰਤਰੀ ਨੇ ਚਾਹੇ ਹੋਰ ਸਾਡੇ ਮਤਲਬ ਸਾਡੇ ਰੱਖਿਆ ਮੰਤਰੀ ਦੇ ਵੀ ਕਈ ਵਾਰ ਚੀਜ਼ਾਂ ਦੇਖਣ ਨੂੰ ਮਿਲੀਆਂ ਬੜੀਆਂ ਵਾਇਰਲ ਹੋਈਆਂ ਤੁਹਾਨੂੰ ਸਾਰਿਆਂ ਨੂੰ ਪਤਾ ਉਸ ਤੋਂ ਬਾਅਦ ਸਾਡੇ ਜਿਹੜੇ ਯੂਪ ਦੇ ਯੋਗੀ ਜੀ ਨੇ ਉਹਨਾਂ ਨੇ ਤਾਂ ਮਤਲਬ ਖੰਡ ਬਾਠ ਵੀ ਕਰਵਾਇਆ ਸੀਗਾਕਰ ਆਪ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਿਰ ਤੇ ਚੱਕ ਕੇ ਜਿਵੇਂ ਲੰਘ ਰਹੇ ਆ ਉਹ ਸਾਰੀਆਂ ਚੀਜ਼ਾਂ ਬੜੀਆਂ ਮਤਲਬ ਤੁਸੀਂ ਇੱਕ ਗੱਲ ਦੱਸੋ ਦੇਖੋ ਜੇ ਅੱਜ ਕੋਈ ਦੋ ਬੰਦੇ ਉੱਠ ਕੇ ਕਿਸੇ ਬਾਰੇ ਬੋਲਦੇ ਆ ਕਿ ਉਹਨੂੰ ਪੂਰੇ ਦੇਸ਼ ਦੀ ਸਟੇਟਮੈਂਟ ਮੰਨ ਲਈ ਜਾਵੇ ਕਿ ਉਹਨੂੰ ਬਹੁ ਗਿਣਤੀ ਦੀ ਸਟੇਟਮੈਂਟ ਮੰਨ ਲਈ ਜਾਵੇ ਜਦੋਂ ਅਸੀਂ ਕਹਿੰਨੇ ਆ ਜਿਹੜਾ ਹਿੰਦੂ ਸਿੱਖ ਭਾਈਚਾਰਾ ਜਾਂ ਹਿੰਦੂ ਹਿੰਦੂਆਂ ਦਾ ਸਿੱਖਾਂ ਨਾਲ ਪ੍ਰੇਮ ਹੈ ਇਹਦੀ ਬੜੀ ਵਧੀਆ ਉਦਾਹਰਣਾਂ ਨੇ ਹਿੰਦੁਸਤਾਨ ਦੇ ਵਿੱਚ ਉਹ ਚਾਹੇ ਭਾਜਪਾ ਗਵਰਨਮੈਂਟ ਨੇ ਆਪਦੇ ਵੱਲੋਂ ਕਿਵੇਂ ਵੀ ਦਿਖਾਈਆਂ ਹੋਣ ਚਾਹੇ ਹਿੰਦੂ ਵੀ ਹਮੇਸ਼ਾ ਦਿਖਾਉਂਦੇ ਰਹਿੰਦੇ ਆ ਸਿੱਖ ਵੀ ਦਿਖਾਉਂਦੇ ਰਹਿੰਦੇ ਆ ਮਸਲਾ ਹਮੇਸ਼ਾ ਇਹ ਆਉਂਦਾ ਇੱਕ ਨਲਾਇਕ ਬੰਦਾ ਜਿਵੇਂ ਹੁਣ ਅਮਰਤਪਾਲ ਹੈ ਜੇ ਅਮਰਤਪਾਲ ਨੂੰ ਮੈਂ ਕਈ ਵਾਰ ਅਸੀਂ ਦੇਖਦੇ ਆ ਤੁਸੀਂ ਪੋਸਟਾਂ ਤੇ ਦੇਖਿਓ ਟਾਰਗੇਟ ਅਮਰਤਪਾਲ ਨੂੰ ਕੀਤਾ ਹੁੰਦਾ ਅਮਰਤਪਾਲ ਤੋਂ ਸਵਾਲ ਦਾ ਜਵਾਬ ਮੰਗਿਆ ਜਾਂਦਾ ਅਮਰਤਪਾਲ ਤੋਂ ਗੱਲਾਂ ਪੁੱਛੀਆਂ ਜਾਂਦੀਆਂ ਦੱਸ ਦਿੱਤਾ ਜਾਂਦਾ ਇਹ ਤਾਂ ਸਿੱਖ ਵਿਰੋਧੀ ਹੈ ਯਾਰ ਕਮਾਲ ਹੋ ਗਈ ਇੱਕ ਕਿਸੇ ਬੰਦੇ ਨਾਲ ਥੋੜਾ ਜਿਹੜਾ ਵਿਚਾਰਕ મતਭੇਦ ਹੋ ਸਕਦੇ ਆ ਇੱਕ ਬੰਦੇ ਦੀ ਤੁਹਾਨੂੰ ਫਿਲਾਸਫੀ ਕੋਈ ਗਲਤ ਲੱਗ ਸਕਦੀ ਹੈ ਇੱਕ ਬੰਦਾ ਤੁਹਾਨੂੰ ਲੱਗ ਸਕਦਾ ਕੋਈ ਮਾਹੌਲ ਖਰਾਬ ਕਰਦਾ ਉਹਦੇ ਨਾਲ ਤੁਸੀਂ ਪੂਰੇ ਸੰਪਰਦਾਏ ਨੂੰ ਕਿਵੇਂ ਬਦਨਾਮ ਕਰ ਸਕਦੇ ਹੋ ਮੈਨੂੰ ਇੱਕ ਬੰਦਾ ਦਿਖਾਓ ਜਿਹਨੇ ਸਿੱਖਾਂ ਬਾਰੇ ਕੁਝ ਬੋਲਿਆ ਹੋਵੇ ਯਾਰ ਜੇ ਤੁਸੀਂ ਅਮਰਤਪਾਲ ਬਾਰੇ ਬੋਲਦੇ ਹੋ ਜੀ ਜੇ ਤੁਸੀਂ ਭਿੰਡਰਾ ਵਾਲੇ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਤਾਂ ਤੁਸੀਂ ਸਿੱਖ ਵਿਰੋਧੀ ਹੋਗੇ ਕਮਾਲ ਹੀ ਹੋਗੀ ਯਾਰ ਸਾਡਾ ਸਿੱਖੀ ਦੇ ਨਾਲ ਕਿਸੇ ਵੀ ਬੰਦੇ ਦਾ ਥੋੜਾ ਪ੍ਰੇਮ ਹੋ ਸਕਦਾ ਸਾਡੇ ਮੰਤਰੀਆਂ ਸੰਤਰੀਆਂ ਦਾ ਹੋ ਸਕਦਾ ਸਾਡੇ Hindu ਵੀਰ ਹੋਰ ਨੇ ਹੋ ਸਕਦਾ ਜੇ ਕਿਸੇ ਦਾ ਸਿੱਖੀ ਦੇ ਨਾਲ ਪ੍ਰੇਮ ਹੈ ਜੇ ਕਿਸੇ ਦੀ ਕੋਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਸਥਾ ਜੇ ਕਿਸੇ ਦੀ ਕੋਈ ਹਰਿਮੰਦਰ ਸਾਹਿਬ ਦੇ ਨਾਲ ਪ੍ਰੇਮ ਹੈ ਜੇ ਕੋਈ ਮੰਨੋ ਹਜੂਰ ਸਾਹਿਬ ਦੇ ਨਾਲ ਪ੍ਰੇਮ ਹੈ ਅਸੀਂ ਕਿਸੇ ਬੰਦੇ ਦੀ ਉਂਗਲ ਉਠਾਉਣ ਤੇ ਉਹਨੂੰ ਸਫਾਈਆਂ ਕੌਣ ਕਿਉਂ ਦਈਏ? ਮਤਲਬ ਤੁਸੀਂ ਕਹਿੰਦੇ ਵੀ ਜੇ ਤੁਸੀਂ ਸਿੱਖਾਂ ਨੂੰ ਪ੍ਰੇਮ ਕਰਦੇ ਹੋ ਇੱਕ ਇੱਕ ਮਿੰਟ ਇੱਕ ਮਿੰਟ ਤੁਸੀਂ ਜੇ ਕਹਿੰਦੇ ਹੋ ਜੇ ਤੁਹਾਡਾ ਸਿੱਖਾਂ ਨਾਲ ਪ੍ਰੇਮ ਹੈ ਤੁਹਾਡੀ ਸਿੱਖੀ ਨਾਲ ਪ੍ਰੇਮ ਹੈ ਤੁਹਾਡਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਪ੍ਰੇਮ ਹੈ ਤੁਹਾਡਾ ਸਿੱਖ ਜਿਹੜੇ ਮੇਨ ਪਲੇਸਸ ਨੇ ਤਖਤ ਨੇ ਸਾਡੇ ਹਨਾ ਉਹਨਾਂ ਨਾਲ ਪ੍ਰੇਮ ਹੈ ਤਾਂ ਜ਼ਰੂਰੀ ਹੈ ਵੀ ਤੁਸੀਂ ਅੰਮ੍ਰਿਤਪਾਲ ਦੀ ਸਪੋਰਟ ਕਰੋ ਤੁਸੀਂ ਭਿੰਡਰਾਲੇ ਦੀ ਸਪੋਰਟ ਕਰੋ ਆਪਾਂ ਇਹ ਇਹ ਦੇਖੋ ਇਹ ਬੜਾ ਗਲਤ ਇੱਥੇ ਮੈਨੂੰ ਲੱਗਦਾ মিডিਆ ਨੂੰ ਆਪਦਾ ਬੜਾ ਵਧੀਆ ਰੋਲ ਪਲੇ ਕਰਨਾ ਚਾਹੀਦਾ ਜੇ ਕੋਈ ਪੁੱਛਦਾ ਉਹਨੂੰ ਪੁੱਛੋ ਵੀ ਜੇ ਕਿਸੇ ਬੰਦੇ ਨਾਲ ਚਾਹੇ ਕੋਈ ਮਤਲਬ Hindu ਲੀਡਰ ਨੇ ਚਾਹੇ ਕੋਈ ਰਾਜਨੀਤਿਕ ਪਾਰਟੀਆਂ ਦੇ ਬੰਦੇ ਨੇ ਚਾਹੇ ਆਮ ਬੰਦੇ ਨੇ ਜੇ ਉਹਨਾਂ ਦੀ ਗਰਮ ਖਿਆਲੀਆਂ ਦੇ ਨਾਲ ਵਿਚਾਰ ਨਹੀਂ ਮਿਲਦੇ ਠੀਕ ਹੈ ਤਾਂ ਕਿ ਉਹ ਸਿੱਖ ਵਿਰੋਧੀ ਹੋ ਗਏ ਯਾਰ ਇਹੀ ਤਾਂ ਗੱਲਾਂ ਪਾੜ ਪਾਉਂਦੀਆਂ ਨੇ ਇਹ ਗੱਲਾਂ ਕਿਉਂ ਕੀਤੀਆਂ ਜਾਂਦੀਆਂ ਨੇ ਮੈਨੂੰ ਇੱਕ ਗੱਲ ਦੱਸੋ ਤੁਸੀਂ ਅਮਰਤਪਾਲ ਦੇ ਵਿਰੋਧ ਦਾ ਮਤਲਬ ਸਿੱਖੀ ਦਾ ਵਿਰੋਧ ਹੋ ਗਿਆ ਮੈਨੂੰ ਇਸ ਗੱਲ ਦਾ ਜਵਾਬ ਦਿਓ ਇਹ ਨਹੀਂ ਪਰ ਇੱਕ ਗੱਲ ਹੈ ਤੁਸੀਂ ਕਿਹਾ ਵੀ ਵਾਰ-ਵਾਰ ਸਫਾਈਆਂ ਕਿਉਂ ਦੇਣੀਆਂ ਪੈਂਦੀਆਂ ਵੀ ਸਿੱਖ ਵਿਰੋਧੀ ਨਹੀਂ ਆ ਸਿੱਖਾਂ ਨੂੰ ਪਿਆਰ ਕਰਨ ਵਾਲੇ ਆ ਪਰ ਸਿੱਖਾਂ ਨੂੰ ਵੀ ਵਾਰ-ਵਾਰ ਜਿਸ ਤਰੀਕੇ ਦਾ ਨੈਸ਼ਨਲ ਮੀਡੀਆ ਪ੍ਰਚਾਰ ਰਿਹਾ ਕਿ ਪੰਜਾਬ ਦਾ ਮਾਹੌਲ ਕਿ ਸਿੱਖਾਂ ਨੂੰ ਵੀ ਵਾਰ-ਵਾਰ ਇਹੀ ਸਫਾਈ ਦੇਣੀ ਪੈਂਦੀ ਹੈ ਕਿ ਨਹੀਂ ਜੀ ਅਸੀਂ ਦੇਸ਼ ਵਿਰੋਧੀ ਨਹੀਂ ਅਸੀਂ ਦੇਸ਼爱ਤਾ ਸਾਡੀਆਂ ਸਭ ਤੋਂ ਵੱਧ ਕੁਰਬਾਨੀਆਂ ਆਏ ਵਾਰ ਇੱਕ ਸਫਾਈ ਸਿੱਖਾਂ ਨੂੰ ਵੀ ਆ ਦੇਣੀ ਪੈਂਦੀ ਬੜੀ ਵਧੀਆ ਗੱਲ ਹੈ ਇੱਥੇ ਗੱਲ ਸੁਣੋ ਬਹੁਤ ਅੱچھے ਅੱچھے ਲਾਇਰਸ ਬੈਠੇ ਆ ਸਿੱਖਾਂ ਦੇ ਠੀਕ ਹੈ ਸਾਡੇ ਸਿੱਖ ਕਮਿਊਨਿਟੀ ਦੇ ਐਡੇ ਵਧੀਆ-ਵਧੀਆ ਲਾਇਰਜ਼ ਬੈਠੇ ਨੇ ਮਤਲਬ ਜਿੰਨਾਂ ਦਾ ਜਵਾਬ ਕੋਈ ਨਹੀਂ ਜਿਹੜਾ মিডিਆ ਗਲਤ ਖਬਰ ਦਿਖਾ ਰਿਹਾ ਮੈਂ ਕਹਿੰਨਾ ਜੀ ਤੁਸੀਂ ਆਪਾ ਲੋਕਾਂ ਦੀ ਗੱਲ ਮੰਨ ਲੀਏ ਗੋਦੀ মিডিਆ ਜੀ ਇਹ ਫਲਾਣਾ মিডিਆ ਜੀ ਢੰਕਾਣਾ মিডিਆ ਸੀ ਗੱਲ ਮੰਨ ਗਏ ਠੀਕ ਹੈ ਤੁਸੀਂ ਵੀ ਹੁਣ ਇੱਕ ਪੱਤਰਕਾਰ ਹੋ ਤੁਹਾਡਾ ਇੱਕ ਆਪ ਦਾ ਚੈਨਲ ਹੈ ਲੋਕ ਆਵਾਜ਼ ਚੈਨਲ ਠੀਕ ਹੈ ਲੋਕ ਆਵਾਜ਼ ਟੀਵੀ ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ ਜੇ ਕੋਈ ਬੰਦਾ ਆਪਦੇ ਚੈਨਲ ਤੇ ਖਬਰ ਚਲਾ ਰਿਹਾ ਠੀਕ ਹੈ ਚਾਹੇ ਉਹ ਮੈਂ ਕਹਨਾ ਜੀ ਕਿਸੇ ਤੋਂ ਪੈਸੇ ਲੈ ਕੇ ਚਲਾ ਰਿਹਾ ਚਾਹੇ ਕਿਸੇ ਦੀ ਸਾਜ਼ਿਸ਼ ਦੇ ਤਹਿਤ ਕਿਸੇ ਨਾਲ ਹਮਸ਼ਵਰਾ ਹੋ ਕੇ ਚਲਾ ਰਿਹਾ ਜਵਾਬ ਦੇ ਤਾਂ ਚੈਨਲ ਦੀ ਬਣ ਗਈ ਨਾ ਠੀਕ ਹੈ ਤੁਸੀਂ ਕਿੰਨਿਆਂ ਨੂੰ ਡੈਫਮੇਸ਼ਨ ਦੇ ਨੋਟਿਸ ਭੇਜਦੇ ਹੋ ਤੁਸੀਂ ਕਿੰਨਿਆਂ ਨੂੰ ਅੱਜ ਤੱਕ ਨੋਟਿਸ ਭੇਜੇ ਕਿਉਂਕਿ ਥੋੜਾ ਮਕਸਦ ਜਿਹੜੇ ਕੁਝ ਬੰਦੇ ਜਿਹੜੇ ਮੈਂ ਕਹਿ ਰਿਹਾ ਥੋੜਾ ਮਕਸਦ ਤੇ ਸਮਝੋ ਜਿਹੜੇ ਕੁਸ਼ਕ ਬੰਦੇ ਆ ਜਿਨ੍ਹਾਂ ਨੇ ਸਿਰਫ ਪ੍ਰੋਪੋਗੈਂਡਾ ਕਰਨਾ ਠੀਕ ਹੈ ਉਹ ਕਦੇ ਵੀ ਕਦੇ ਵੀ ਉਹਨਾਂ ਨੂੰ ਤਾਂ ਟਾਰਗੇਟ ਕਰ ਹੀ ਨਹੀਂ ਰਹੇ ਉਹਨੋਂ ਤਾਂ ਸਵਾਲ ਉਹਨੋਂ ਤਾਂ ਜਵਾਬ ਮੰਗ ਹੀ ਨਹੀਂ ਰਹੇ ਵੀ ਭਾਈ ਤੂੰ ਸਿੱਖਾਂ ਦੇ ਬਾਰੇ ਆ ਗੱਲ ਚਲਾਈ ਤੇਰਾ ਇੱਥੇ ਕੀ ਕਹਿਣਾ ਇਸ ਗੱਲ ਦੇ ਉੱਤੇ ਵੀ ਤੈਨੂੰ ਤੇਰੇ ਉੱਤੇ ਕਿਉਂ ਨਾ ਇਹ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਿੱਖਾਂ ਵੱਲੋਂ ਸਾਡਾ ਅਕਾਲ ਤਖਤ ਹੈ ਠੀਕ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਉਹਨਾਂ ਦੀਆਂ ਮੈਂ ਦੇਖਿਆ ਕਿਦੋਂ ਬੜੀਆਂ ਵਧੀਆ ਸਟੇਟਮੈਂਟਾਂ ਆਈਆਂ ਠੀਕ ਹੈ ਉਹਨਾਂ ਦੇ ਕੋਲੇ ਪੂਰੀ ਲੀਗਲ ਟੀਮ ਹੈ ਕਿਸੇ ਚੀਜ਼ ਦੀ ਤੁਹਾਨੂੰ ਲੱਗਦਾ ਵੀ ਅੱਜ ਅਕਾਲ ਤਖਤ ਕੋਲੇ ਕਿਸੇ ਚੀਜ਼ ਦੀ ਕਮੀ ਹੈ ਜੇ ਆਪਦੀ ਲੀਗਲ ਟੀਮ ਤੁਹਾਨੂੰ ਲੱਗਦਾ ਉਹਨਾਂ ਕੋਲੇ ਹੈਗੀ ਹੈ ਕਿ ਨਹੀਂ ਮੈਨੂੰ ਸਿੰਗਲ ਕਿਸੇ ਚੈਨਲ ਨੂੰ ਦੱਸੋ ਤੁਹਾਡੇ ਵੱਲੋਂ ਨੋਟਿਸ ਭੇਜਿਆ ਗਿਆ ਯਾਰ ਜੇ ਉਹਨਾਂ ਨੇ ਕਹਿ ਕਹਿੰਦੇ ਭੇਜਾਂਗੇ ਅਸੀਂ ਯੈਸ ਭੇਜੋ ਬਹੁਤ ਵਧੀਆ ਗੱਲ ਹੈ ਫਿਰ ਇਹੀ ਮੈਂ 1 ਮਿੰਟ ਮੇਰੀ ਗੱਲ ਸੁਣੋ ਸਰਕਾਰ ਨੇ ਸਰਕਾਰ ਨੂੰ ਵੀ ਤਾਂ ਚਾਹੀਦਾ ਨਾ ਜੇ ਹੁਣ ਕੇਂਦਰ ਦੇ ਵਿੱਚ ਬੈਠੀ ਹੈ ਵੀ ਭਾਈ ਤੁਸੀਂ ਪੂਰੇ ਇੱਕ ਅਮਰਿਤਪਾਲ ਵਾਰੇ ਜੋ ਮਰਜ਼ੀ ਬੋਲੋ ਪੂਰੀ ਕਮਿਊਨਿਟੀ ਜਾਂ ਪੂਰੇ ਪੰਜਾਬ ਨੂੰ ਤਾਂ ਨਾ ਟਾਰਗੇਟ ਕਰੋ ਨਾ ਜਦੋਂ ਕੋਈ ਸਰਕਾਰ ਚਾਹੇ ਉਹ ਸਟੇਟ ਗਵਰਨਮੈਂਟ ਹੈ ਚਾਹੇ ਸੈਂਟਰ ਗਵਰਨਮੈਂਟ ਹੈ ਜਦੋਂ ਕਿਸੇ ਦੀ ਮਾੜੀ ਜੀ ਚੂੜੀ ਕੱਸਦੀ ਹੈ ਉਦੋਂ ਫਰੀडम ਆਫ ਸਪੀਚ ਫਰੀडम ਆਫ ਐਕਸਪ੍ਰੈਸ਼ਨਸ ਦੀਆਂ ਗੱਲਾਂ ਆ ਜਾਂਦੀਆਂ ਇਸ ਤੋਂ ਚੰਗਾ ਕੀ ਹੁੰਦਾ ਵੀ ਸਰਕਾਰ ਠੀਕ ਹੈ ਜਦੋਂ ਕਈ ਮਸਲਿਆਂ ਦੇ ਵਿੱਚ ਘਿਰਦੀ ਹੈ ਸਰਕਾਰ ਕਹਿੰਦੀ ਵੀ ਪ੍ਰੋਬਲਮ ਏ ਤੇ ਬੀ ਦੀ ਐ ਜਦੋਂ ਮੈਂ ਰੋਲਾ ਪਾਉਂ ਮੈਂ ਤਾਂ ਸਿਰਫ ਉਦੋਂ ਆ ਸਕਦਾ ਜਦੋਂ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਖਰਾਬ ਹੋਊਗੀ ਤਾਂ ਜਿੱਥੇ ਤੁਹਾਨੂੰ ਲੱਗਦਾ ਵੀ ਯਾਰ ਮੇਰੀ ਹੱਦ ਤੱਕ ਹੋਈ ਐ ਮੇਰੀ ਮਨਿੰਦਰ ਨੇ ਮੇਰੇ ਖਿਲਾਫ ਸੰਦੀਪ ਪਾਟਕ ਖਿਲਾਫ ਕੋਈ ਗੱਲ ਬੋਲਤੀ ਤਾਂ ਮੈਂ ਕੋਰਟ 'ਚ ਜਾਵਾਂ ਉਹਦੇ ਲਈ ਸਰਕਾਰ ਕਿਵੇਂ ਆ ਜੀ ਠੀਕ ਐ ਸਰਕਾਰ ਦੀ ਕਿੱਥੇ ਰਿਸਪੌਂਸਿਬਿਲਟੀ ਬੰਦੀ ਐ ਜਦੋਂ ਕੋਈ ਐਸੀ ਚੀਜ਼ ਚਲਾ ਦਿੱਤੀ ਜਾਂਦੀ ਐ ਦੇਖੋ ਜਿਵੇਂ ਪੰਜਾਬ 'ਚ ਮਾਹੌਲ ਖਰਾਬ ਹੋਇਆ ਅਮਰਤਪਾਲ ਕਰਕੇ ਤਾਂ ਮਾਨਯੋਗ ਡੀਜੀਪੀ ਪੰਜਾਬ ਨੇ ਠੀਕ ਹੈ ਇੱਕ ਸਖਤ ਹਦਾਇਤ ਦਿੱਤੀ ਵੀ ਜੇ ਕੋਈ ਵੀ ਖਬਰ ਫੇਕ ਖਬਰ ਫੈਲਾਈ ਜਾਂਦੀ ਹੈ ਜਾਂ ਕੁਝ ਵੀ ਕੀਤਾ ਜਾਂਦਾ ਕਿਉਂਕਿ ਇਸ ਟਾਈਮ ਬਹੁਤ ਮਾਹੌਲ ਖਰਾਬ ਹੈ ਅਸੀਂ ਉੱਤੇ ਬਣਦੀ ਕਾਰਵਾਈ ਕਰਾਂਗੇ ਡੀਜੀਪੀ ਸਾਹਿਬ ਨੇ ਪਹਿਲਾਂ ਨਹੀਂ ਇਹ ਸਟੇਟਮੈਂਟ ਦਿੱਤੀ ਵੀ ਚਲੋ ਚੱਲਦਾ ਰਹਿੰਦਾ ਮੀਡੀਆ ਦੇ ਵੀ ਅਧਿਕਾਰ ਆ ਯਾਰ ਹੁਣ ਕਿਹਨੂੰ ਕਿਹਨੂੰ ਕਹੀਏ ਪਰ ਜਦੋਂ ਉਹਨਾਂ ਨੇ ਦੇਖਿਆ ਵੀ ਪੰਜਾਬ ਚ ਅੱਗ ਲੱਗਣ ਦੇ ਹਾਲਾਤ ਆ ਪੰਜਾਬ ਚ ਲਾਅ ਐਂਡ ਆਰਡਰ ਦੀ ਜਿਹੜੇ ਹਾਲਾਤ ਆ ਉਹ ਖਰਾਬ ਨੇ ਉਦੋਂ ਉਹਨਾਂ ਨੇ ਤੁਹਾਨੂੰ ਪੱਤਰਕਾਰ ਵੀਰਾਂ ਨੂੰ ਤੁਹਾਨੂੰ ਚੈਨਲਾਂ ਨੂੰ ਵੀ ਸਖਤ ਹਦਾਇਤ ਦਿੱਤੀ ਤੇ ਤੁਸੀਂ ਵੀ ਤੁਸੀਂ ਦੇਖੋ ਵੀ 15 20 ਦਿਨ ਮਹੀਨਾ ਕੋਈ ਐਸੀ ਵੈਸੀ ਗੱਲ ਆਈ ਨਹੀਂ ਕੋਈ ਫੇਕ ਨਿਊਜ਼ ਵਾਇਰਲ ਹੀ ਨਹੀਂ ਹੋਈ ਠੀਕ ਹੈ ਤਾਂ ਜਿਹੜੀ ਸਰਕਾਰ ਹੈ ਸਰਕਾਰ ਆਪਦੀ ਬੰਦੀ ਡਿਊਟੀ ਕਰੂਗੀ ਪਰ ਅਸੀਂ ਕਹਿੰਦੇ ਜਦੋਂ ਸਾਡੇ ਕੋਲ ਲੀਗਲ ਜਿਹੜੀ ਰੈਮੇਡੀ ਹੈਗੀ ਅਸੀਂ ਉਹ ਵੇਲ ਕਿਉਂ ਨਹੀਂ ਕਰਦੇ ਜੇ ਤੁਹਾਨੂੰ ਲੱਗਦਾ ਵੀ ਸਿੱਖ ਕੌਮ ਨੂੰ ਟਾਰਗੇਟ ਕੀਤਾ ਜਾ ਰਿਹਾ ਠੀਕ ਹੈ ਤਾਂ ਉਹਨੂੰ ਤੁਸੀਂ ਉੱਤੇ ਬੰਦੀ ਕਾਰਵਾਈ ਕਰੋ ਇੱਕ ਗੱਲ ਹੋਰ ਦੱਸਿਓ ਜਿਵੇਂ ਜਿਹੜੀਆਂ ਘਟਰਾਮਾ ਵਾਪਰ ਰਹੀਆਂ ਜਿਵੇਂ ਪਸ਼ੂਆਂ ਦੇ ਮਗਾਲ ਦੇ ਵਿੱਚ ਵਾਪਰ ਰਹੀਆਂ ਉੱਥੇ 72% ਦੇ ਕਰੀਬ ਜਿਹੜੀ ਆ ਏਰੀਆ ਹੈ ਉਹਨਾਂ ਦੇ ਵਿੱਚ ਹਿੰਦੂ ਭਾਈਚਾਰੇ ਦੀ ਵਾਦੀ ਹੈ 18% ਮੁਸਲਮਾਨ ਭਾਈਚਾਰੇ ਦੀ ਹੈ ਤੇ ਕਿਵੇਂ ਉਹ ਖਤਰੇ 'ਚ ਕਿਵੇਂ ਹੋ ਗਏ ਉੱਥੇ ਕਹਿੰਦੇ ਵੀ ਹਿੰਦੂ ਖਤਰੇ ਸੀ 72% ਵਾਲਾ ਬੰਦਾ ਖਤਰੇ 'ਚ ਕਿਵੇਂ ਹੋ ਗਿਆ ਤੁਸੀਂ ਨਾ ਗੱਲ ਉਹੀ ਆ ਗਈ ਵੀ ਫੇਰ ਜਿਹੜੇ ਤੁਹਾਡੇ ਜਿਹੜੇ ਫੈਕਟਸ ਹੈ ਤੁਹਾਨੂੰ ਚੈੱਕ ਕਰ ਲੈਣੇ ਚਾਹੀਦੇ ਆ ਮੈਨੂੰ ਇੱਕ ਚੀਜ਼ ਦੱਸੋ ਵੈਸਟ ਬੰਗਾਲ ਦੇ ਵਿੱਚ ਜੇ ਤੁਸੀਂ ਉੱਥੇ ਵਰਕ ਕਰ ਰਹੇ ਹੋ ਤੁਸੀਂ ਦੇਖੋ ਹੋਮਵਰਕ ਕਰਕੇ ਆਏ ਹੋਵੋਗੇ ਮੇਰੇ ਕੋਲੇ ਜੇ ਤੁਸੀਂ ਹੋਮਵਰਕ ਕਰਕੇ ਆਏ ਹੋ ਜਦੋਂ ਵੈਸਟ ਬੰਗਾਲ ਵਾਲੇ ਇਲੈਕਸ਼ਨ ਹੋਏ ਆ ਠੀਕ ਹੈ ਉਦੋਂ ਸਾਲ ਪਹਿਲਾਂ ਤੋਂ ਲਾਲੀ ਆ ਪਾ ਕਿੰਨੇ ਹਿੰਦੂਆਂ ਦੇ ਮਰਡਰ ਹੋ ਚੁੱਕੇ ਹੁਣ ਤੱਕ ਉੱਥੇ ਉਹਨਾਂ ਦੀ ਬਹੁਤ ਹੋ ਚੁੱਕੀ ਹੈ ਕੱਲ ਦੀ ਇੱਕ ਘਟਨਾ ਹੈ ਇੱਕ ਯੂਪੀ ਦੀ ਘਟਨਾ ਹੈ ਵੀ ਗਊ ਦੀ ਹੱਤਿਆ ਤਾਂ ਕੀਤੀ ਹਿੰਦੂ ਲੜਕੀਆਂ ਨੇ ਤੇ ਲਾਮ ਲਾਉਣ ਲੱਗੇ ਸੀ ਮੁਸਲਮਾਨ ਦੇ ਉੱਤੇ ਕੁਦਰਤੀ ਪੁਲਿਸ ਨੇ ਉਹਨਾਂ ਤੇ ਕਾਰਵਾਈ ਕਰਤੀ ਨਹੀਂ ਤਾਂ ਦੰਗੇ ਇੱਧਰ ਵੀ ਭੜਕ ਚੁੱਕੇ ਮਨਿੰਦਰ ਜੀ ਇੱਕ ਚੀਜ਼ ਸਮਝ ਨਹੀਂ ਪਉ ਮੈਨੂੰ ਅੱਜ ਤੱਕ ਦੱਸੋ ਦੇਖੋ ਆਪਾਂ ਨੂੰ ਤੁਸੀਂ ਮੇਰੇ ਖਿਆਲ ਮੈਨੂੰ 2 ਸਾਲ ਤੋਂ ਮੇਰੇ ਕੋਲ ਆ ਰਹੇ ਹੋ ਹਨਾ ਆਪਾਂ ਮਿਲ ਕੇ ਇਸ ਚੀਜ਼ ਮੁੱਦੇ ਦੇ ਉੱਤੇ ਕਈਆਂ ਉੱਤੇ ਕੰਮ ਕੀਤਾ ਮੈਨੂੰ ਸਿੰਗਲ ਟਾਈਮ ਦੱਸੋ ਕਿਸੇ ਗਲਤ ਗੱਲ ਨੂੰ ਮੈਂ ਸਪੋਰਟ ਕੀਤਾ ਜੇ ਕੋਈ ਬੰਦਾ ਇਹ ਜੀ ਉੱਚੀ ਹਰਕਤ ਕਰਦਾ ਮੈਂ ਕਦੋਂ ਕਹਿਣਾ ਮਤਲਬ ਸਿੱਖਾਂ ਵਿੱਚ ਵੀ ਕੁਝ ਬੰਦੇ ਹੋ ਸਕਦੇ ਆ ਅਮਰਤਪਾਲ ਤੇ ਅਸੀਂ ਗੱਲ ਨਹੀਂ ਉਠਾਰੇ ਹਿੰਦੂਆਂ ਵਿੱਚ ਵੀ ਕੁਝ ਗਲਤ ਬੰਦੇ ਹੋ ਸਕਦੇ ਆ ਮੁਸਲਮਾਨਾਂ ਵਿੱਚ ਵੀ ਨੇ ਮੈਂ ਇਹੀ ਤੁਹਾਨੂੰ ਗੱਲ ਕਹਿ ਰਿਹਾ ਵੀ ਕੁਝ ਨਲਾਇਕ ਬੰਦਿਆਂ ਕਰਕੇ ਆਪਾਂ ਇੱਕ ਪੂਰੀ ਕਮਿਊਨਿਟੀ ਨੂੰ ਕਿਵੇਂ ਟਾਰਗੇਟ ਕਰ ਸਕਦੇ ਆ ਯਾਰ ਇੱਕ ਕੌਮ ਨੂੰ ਕਿਵੇਂ ਕਰ ਸਕਦੇ ਆ ਮੈਂ ਪਰ ਚੀਤਾ ਜਿਵੇਂ ਫਿਰ ਸਰਕਾਰ ਕਿਉਂ ਨਹੀਂ ਰੋਕਦੀ ਇੱਕ ਗੱਲ ਇੱਕ 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 ਗੱਲ ਇੱਕ ਗੱਲ ਦਾ ਦੱਸੋ ਜੀ ਤੁਹਾਨੂੰ ਇੱਕ ਗੱਲ ਸਮਝ ਨਹੀਂ ਪਊਗੀ ਦੇਖੋ ਪਤਾ ਕੀ ਹੁੰਦਾ ਇੱਕ ਗੱਲ ਨੂੰ ਜਿੰਨੀ ਵਾਰੀ ਮਰਜ਼ੀ ਕਹਾ ਲੋ ਬੜਾ ਸਾਫ਼ ਸੁਥਰਾ ਮੇਰਾ ਜਵਾਬ ਹੈ ਜਦੋਂ ਕੋਈ ਗਲਤ ਕਰਦਾ ਠੀਕ ਹੈ ਉਹਦਾ ਨਾ ਧਰਮ ਦੇਖਣਾ ਚਾਹੀਦਾ ਠੀਕ ਹੈ ਨਾ ਉਹਦੀ ਜਾਤ ਦੇਖਣੀ ਚਾਹੀਦੀ ਹੈ ਨਾ ਉਹਦਾ ਇਹ ਦੇਖਣਾ ਚਾਹੀਦਾ ਉਹ ਕਿਹੜੀ ਰਾਜਨੀਤਿਕ ਪਾਰਟੀ ਦਾ ਨਾ ਇਹ ਦੇਖਣਾ ਚਾਹੀਦਾ ਇਹ ਸੱਤਾਧਿਰ ਦਾ ਬੰਦਾ ਹੈ ਕਿ ਵਿਰੋਧੀ ਧਿਰ ਦਾ ਬੰਦਾ ਜਿਹੜਾ ਬੰਦਾ ਸਮਾਜ ਲਈ ਮਾੜਾ ਜਿਹੜਾ ਬੰਦਾ ਸਮਾਜ ਲਈ ਖਤਰਨਾਕ ਹੈ ਉੱਤੇ ਸਰਕਾਰਾਂ ਨੂੰ ਠੋਕੇ ਕਾਰਵਾਈ ਕਰਨੀ ਚਾਹੀਦੀ ਹੈ ਠੋਕੇ ਕਾਰਵਾਈ ਕਰਨੀ ਚਾਹੀਦੀ ਹੈ ਗੱਲ ਇੱਥੇ ਆਉਂਦੀ ਹੈ ਕਿ ਇੱਕ ਕੈਟਾਗਰੀ ਦੇ ਬੰਦੇ ਜਿਹੜੇ ਇੱਕ ਚੋਂ ਮੰਨ ਲਓ 10 ਘਟਨਾਵਾਂ ਹੋਈਆਂ ਠੀਕ ਹੈ 10 ਚੋਂ ਉਹਨਾਂ ਦਾ 9 ਵਾਰੀ ਤੱਕਾ ਹੋ ਰਿਹਾ ਇੱਕ ਵਾਰੀ ਹੋ ਸਕਦਾ ਵੀ ਉਹਨਾਂ ਦੇ ਬੰਦਿਆ ਨੇ ਰੋਸ ਚ ਆ ਕੇ ਕਰਤਾ ਜਾਂ ਗੁੱਸੇ ਚ ਆ ਕੇ ਕਰਤਾ ਜਾਂ ਬਚਾਅ ਚ ਆ ਕੇ ਕਰਤਾ ਠੀਕ ਹੈ ਆਪਾਂ ਉਹਨਾਂ ਦੇ ਬਚਾਅ ਨੂੰ ਇਹੀ ਤਾਂ ਸੀ ਕਹਿਣਾ ਚਾ ਰਹੇ ਆ ਵੀ ਕਿਵੇਂ ਜਦੋਂ 21 ਫੰਕਸ਼ਨ ਸੀ ਸਾਡ ਮਤਲਬ ਯੋਗੀ ਜੀ ਨੇ ਬੜੀ ਸਾਫ਼ ਸੁਥਰੀ ਗੱਲ ਕੀਤੀ ਵੀ ਸਾਲ ਚ ਸਾਡਾ ਇੱਕ ਪ੍ਰੋਗਰਾਮ ਆ ਯਾਰ ਥੋੜੇ 50 ਤੋਂ 60 ਆਉਂਦੇ ਆ ਠੀਕ ਹੈ ਵੀ ਇਹੇ ਜੇ ਕਰਦੇ ਇਹਨਾਂ ਨੂੰ ਕਰ ਲੈਣ ਦੋ ਤੁਹਾਨੂੰ ਕੀ ਮਸਜਿਦ ਦੇ ਅੱਗੇ ਜਾ ਕੇ ਭਗਮਾ ਝੰਡਾ ਲਹਿਰਾਉਣਾ ਉਹ ਵੀ ਕਿੱਡੇ ਕਿ ਬਾਦਰੀ ਜਦੋਂ ਤੁਸੀਂ ਮਸਜਿਦ ਦੇ ਅੱਗੇ ਲੰਘ ਰਹੇ ਹੋ ਮੈਨੂੰ ਤਾਂ ਲੱਗਦਾ ਵੀ ਜੇ ਮੈਂ ਵੀ ਜਾਣਾ ਸਪੈਸ਼ਲ ਅੱਗੇ ਖੜ ਕੇ ਵਿੱਚ ਵੜ ਕੇ ਸਪੈਸ਼ਲ ਉਹ ਲਹਿਰਾਉਣਾ ਕੀ ਨਹੀਂ ਕੀਤਾ ਦਿਖਾ ਦਿਓ ਮੈਨੂੰ ਨੌਜਵਾਨ ਦੀ ਇੱਕ ਦਿ ਤੁਹਾਨੂੰ ਤਸਵੀਰ ਦਿਖਾ ਦੇਣਾ ਮੈਨੂੰ ਵੀਡੀਓ ਦਿਖਾ ਦਿਓ ਤੁਸੀਂ ਵਿੱਚ ਚਲਾ ਦਿਓ ਇਹਦੇ ਵਿੱਚ ਬਾਈਟ ਜ਼ਰੂਰ ਚਲਾਇਓ ਜੇ ਕਿਸੇ ਬੰਦੇ ਨੇ ਜਾਣ ਕੇ ਕਿਸੇ ਦੇ ਧਾਰਮਿਕ ਸਥਾਨ 'ਚ ਜਾ ਕੇ ਕੋਈ ਗਲਤ ਕਰਦਾ ਤਾਂ ਇਹਦੂ ਮਾੜੀ ਗੱਲ ਕੋਈ ਨਹੀਂ ਠੀਕ ਹੈ ਜੇ ਤੁਸੀਂ ਕਹਿ ਰਹੇ ਹੋ ਕਿ ਉਹ ਅੰਦਰ ਗਿਆ ਧੱਕੇ ਨਾਲ ਅੰਦਰ ਗਿਆ ਅੰਦਰ ਜਾ ਕੇ ਉਹਨੇ ਝੰਡਾ ਲਹਿਰਾਇਆ ਹੂਰ ਹੈ ਇਹ 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 ਚੀਜ਼ਾਂ ਠੀਕ ਨਹੀਂ ਹੈਗੀਆਂ ਪਰ ਇੱਕ ਗੱਲ ਦਾ ਮੈਨੂੰ ਜਵਾਬ ਦਿਓ ਜਦੋਂ ਇੱਕ ਸਪੈਸੀਫਿਕ ਇੱਕ ਕੈਟਾਗਰੀ ਕਹਿੰਦੀ ਹੈ ਵੀ ਸਾਡੇ ਆ ਕੇ ਨਮਾਜ਼ ਪੜ੍ਹ ਲਓ ਤੁਸੀਂ ਉਹ ਕਹਿੰਦੇ ਆ ਸਾਡੇ ਆ ਕੇ ਤੁਸੀਂ ਫਲਾਨਾ ਪਾਠ ਕਰ ਲਓ ਠੀਕ ਹੈ ਉਹਨੂੰ ਉਹ ਨਹੀਂ ਕੀਤੀ ਗਈ ਜੇ ਕਿਸੇ ਜੇ ਸ਼ਾਂਤੀਪੂਰਵਕ ਮੈਨੂੰ ਲੱਗਦਾ ਜਿਹੜੇ ਸਾਡੇ ਜਿਹੜੇ ਜਦੋਂ ਤੁਸੀਂ ਕਹਿੰਨੇ ਵੀ ਹਿੰਦੂ ਮੁਸਲਮਾਨ ਭਾਈਚਾਰਾ ਜੇ ਆਪਾਂ ਕਹਿੰਨੇ ਆ ਰਾਮ ਨੌਮੀ ਇੱਕ ਤਿਹਾਰ ਆਇਆ ਸੀ ਠੀਕ ਹੈ ਜਦੋਂ ਕਿਤੇ ਵੀ ਦੇਖੋਗੇ ਇਹ ਜਦੋਂ ਚੈੱਕ ਕਰੋਗੇ ਚੈੱਕ ਕਰ ਲਓ ਵੀ ਸਾਰਾ ਜਦੋਂ ਨਿਕਲੋਗੇ ਐਂਡ ਤੇ ਤਾਂ ਸਨਾਤ ਨਹੀਂ ਆਉਣਾ ਠੀਕ ਹੈ ਤਾਂ ਜੇ ਇੱਕ ਪ੍ਰੋਗਰਾਮ ਸਾਲ ਚ ਆਇਆ ਸੀ ਤਾਂ ਮੈਨੂੰ ਤਾਂ ਲੱਗਦਾ ਉੱਥੇ ਮੁਸਲਮਾਨਾਂ ਨੂੰ ਫੁੱਲ ਲੈ ਕੇ ਉਹਨਾਂ ਦਾ ਸਵਾਗਤ ਕਰਨਾ ਚਾਹੀਦਾ ਸੀਗਾ ਉੱਥੇ ਇਹੋ ਜਿਹਾ ਸੀਨ ਕਿਉਂ ਕ੍ਰੀਏਟ ਕੀਤਾ ਗਿਆ ਕਿਉਂ ਵੀਡੀਓਜ਼ ਸਾਫ ਵਾਇਰਲ ਹੋ ਰਹੀਆਂ ਨੇ ਜਿੱਥੇ ਅ ਜਦੋਂ ਸ਼ੋਭਾ ਯਾਤਰਾਵਾਂ ਲੰਘ ਰਹੀਆਂ ਸੀ ਉਹਨਾਂ ਤੇ ਪੱਥਰ ਵਰਸਾਏ ਗਏ ਉਹ ਕਿਉਂ ਵਰਸਾਏ ਗਏ ਕੀ ਦੀ ਸ਼ੈ ਤੇ ਹੋਇਆ ਉਹ ਉਹ ਕੀ ਚਾਲ ਸੀਗੀ ਕਿ ਜਿਹੜਾ ਹਿੰਦੂ ਸਾਲ ਦੇ ਵਿੱਚ ਇੱਕ ਇਹਦੀ ਸ਼ੋਭਾ ਯਾਤਰਾ ਕੱਢ ਰਿਹਾ ਪ੍ਰਭੂ ਰਾਮ ਦੀ ਇਹਨਾਂ ਨੇ ਇੱਕ ਕੱਢਣੀ ਹੈ ਉਹਨੂੰ ਜਾਣ ਕੇ ਬਦਨਾਮ ਕੀਤਾ ਜਾਵੇ ਵੀ ਇੱਕ ਸੀਐਮ ਨੇ ਇਹਦੇ ਇਹਦੇ ਉੱਤੇ ਰਿਪਲਾਈ ਦੇਤਾ ਇਹਦੇ ਉੱਤੇ ਜਵਾਬ ਦਿੱਤਾ ਉਹਨੇ ਵੀ ਹਾਂਜੀ ਸਾਡੀ ਸ਼ੋਭਾ ਯਾਤਰਾ ਨਿਕਲੂਗੀ ਦਾ ਪੂਰੀ ਸ਼ਾਨ ਉਹ ਸ਼ੌਕਤ ਨਾਲ ਨਿਕਲੂਗੀ ਵੀ ਜਾਣ ਕੇ ਮਾਹੌਲ ਹੀ ਇਹੋ ਜਿਹਾ ਕ੍ਰੀਏਟ ਕਰ ਦੋ ਵੀ ਅਗਲੀ ਵਾਰ ਜਦੋਂ ਰਾਮ ਨੌਮੀ ਮਨਾਉਣੀ ਹੈ ਤਾਂ ਉਤੋਂ ਟਲਨੇ ਇਹ ਉਹਨਾਂ ਵਿੱਚ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਜਿਹੜੇ ਸ਼ਾਂਤੀ ਪਸੰਦ ਲੋਕ ਦੇਖੋ ਗਰਮ ਵਿਚਾਰਾਂ ਦੇ ਸਾਰੇ ਕਿਤੇ ਬੰਦੇ ਹੁੰਦੇ ਆ ਠੀਕ ਹੈ ਜੇ ਕੋਈ ਮੰਨ ਲਓ ਜੀ ਹਜ਼ਾਰ ਬੰਦੇ ਦੀ ਭੀੜ ਆ ਉਹ ਚ ਦੋ ਗੁੱਸੇ ਖੋਰ ਬੰਦੇ ਵੀ ਹੋ ਸਕਦੇ ਆ ਉਹ ਚ ਦੋ ਅਨਮੈਚੁਰ ਬੰਦੇ ਵੀ ਹੋ ਸਕਦੇ ਆ ਉਹਨਾਂ ਦਾ ਮੈਚਿਓਰਿਟੀ ਲੈਵਲ ਥੋੜਾ ਹੋ ਸਕਦਾ ਠੀਕ ਹੈ ਤੁਸੀਂ ਜਦੋਂ ਟਾਰਗੇਟ ਕਰੋਗੇ ਉੱਥੇ ਜਾ ਕੇ ਜਿਹੜਾ 900 ਬੰਦਾ ਨਾਲ ਹੈ 995 ਬੰਦੇ ਹੋਰ ਤੁਰੇ ਫਿਰਦੇ ਆ ਜਿਹੜੇ ਸਿਰਫ ਵਾਕੀ ਪ੍ਰਭੂ ਸ਼੍ਰੀ ਰਾਮ ਦੀਆਂ ਝਾਕੀਆਂ ਦੇ ਦਰਸ਼ਨ ਕਰਨ ਆਏ ਆ ਜਿਹੜੇ ਪ੍ਰਭੂ ਸ਼੍ਰੀ ਰਾਮ ਦੀ ਸ਼ੋਭਾ ਯਾਤਰਾ ਨਿਕਲ ਰਹੀ ਆ ਉਹ ਚ ਸਹਿਯੋਗ ਪਾਉਣ ਆਏ ਆ ਉਹਨਾਂ ਦੇ ਵਿੱਚ ਤਾਂ ਡਰ ਦਾ ਮਾਹੌਲ ਪੈਦਾ ਹੋਇਆ ਨਾ ਠੀਕ ਹੈ ਉੱਥੇ ਮਾਹੌਲ ਕਿਉਂ ਖਰਾਬ ਕੀਤਾ ਗਿਆ ਕਿਸ ਨੇ ਇਹ ਨਹੀਂ ਸ ਨੇ ਕਿੰਨੀਆਂ ਵੀਡੀਓਜ਼ ਆ ਰਹੀਆਂ ਜਿੱਥੇ RAM ਨੌਮੀ ਦੀਆਂ ਸ਼ੋਭਾ ਯਾਤਰਾਵਾਂ ਦੇ ਉੱਤੇ ਪੱਥਰ ਵਰਸਾਏ ਗਏ ਯਾਰ ਉਹਦਾ ਜਵਾਬ ਮੰਗੇ ਤੁਸੀਂ ਇਹਨਾਂ ਤੋਂ ਜਾ ਕੇ ਨਹੀਂ ਇੱਕ ਗੱਲ ਤੁਸੀਂ ਇਹ ਗੱਲ ਕਹਿ ਰਹੇ ਹੋ ਬੜੀਆਂ ਇਹ ਵੀ ਹੈ ਜਦੋਂ ਇਧਰਲੇ ਪਾਸੇ ਵੀ ਧੱਕੇ ਹੁੰਦੇ ਜੇਕਰ ਅਸੀਂ ਗੱਲ ਕਰਨੀ ਹੋਵੇ ਭਾਵੇਂ ਗੋਦਰਾ ਕਾਂਡ ਹੋਵੇ ਬਹੁ ਗਿਣਤੀ ਵੱਲੋਂ ਹਮੇਸ਼ਾ ਹੀ ਹੁੰਦਾ ਚਾਹੇ ਪਿਛਲੇ ਸਮਿਆਂ ਦੇ ਵਿੱਚ ਇਹ ਰੱਖ ਲਓ ਕਿ ਦੂਜਾ ਭਾਈਚਾਰਾ ਦੂਜੇ ਤੇ ਅੱਜ ਘੱਟ ਗਿਣਤੀ ਤੇ ਇਹ ਤਾਂ ਤੁਸੀਂ ਮੰਨਦੇ ਹੋ ਮੰਨਣਾ ਪਊਗਾ ਤੁਹਾਨੂੰ ਕਿ ਘੱਟ ਗਿਣਤੀ ਅਣਸੇ ਮਹਿਸੂਸ ਕਰ ਰਹੇ ਜੇ ਤਾਂ ਕੋਈ ਇੱਕ ਵਿਅਕਤੀ ਨਾਰਾ ਲਗਾ ਆਂਦਾ ਕਿ ਹਿੰਦੂ ਰਾਸ਼ਟਰ ਬਣਾਵਾਂਗੇ ਉੱਤੇ ਕੋਈ ਕਾਰਵਾਈ ਨਹੀਂ ਜੇ ਕੋਈ ਖਾਲਸਾਣ ਦੀ ਗੱਲ ਕਰਦਾ ਹੋਏ ਪਰਚਾ ਪਾਵੇ ਕਮਾਲ ਕਰੀ ਜਨੇ ਯਾਰ ਹਿੰਦੂ ਰਾਸ਼ਟਰ ਸਾਨੂੰ ਮਿਲਿਆ ਵੰਡ ਦੇ ਵਿੱਚ ਹਿੰਦੂ ਰਾਸ਼ਟਰ ਨਹੀਂ ਮਿਲਿਆ ਸਾਨੂੰ ਹਿੰਦੁਸਤਾਨ ਕਿਉਂ ਨਹੀਂ ਮਿਲਿਆ ਸੀ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਕਿਸ ਬਿਹਾਵ ਤੇ ਹੋਈ ਸੀ ਸੈਕੂਲਰ ਕਿਹਾ ਗਿਆ ਸੀ ਕਾਂਗਰਸ ਵੱਲੋਂ ਉਸ ਸਮੇਂ ਕਾਂਗਰਸ ਸੀ ਗਾਂਧੀ ਸੀ ਸੈਕੂਲਰ ਕਾਂਗਰਸ ਦੇ ਕੰਡੇ ਪੀਚੇ ਦਾ ਅੱਜ ਤੱਕ ਕੱਢੀ ਜਾਂਦੇ ਆ ਸੈਕੂਲਰ ਸਹੀ ਭਾਰਤ ਧਰਮ ਨਿਰਪੱਖ ਦੇਖੋ ਬਿਲਕੁਲ ਗਲਤ ਹੈ ਇਥੇ ਧਰਮ ਨਿਰਪੱਖ ਅਸੀਂ ਹੈਗੇ ਆ ਅੱਜ ਵੀ ਹੈਗੇ ਆ ਧਰਮ ਨਿਰਪੱਖ ਦਾ ਮਤਲਬ ਇਹ ਹੈ ਰਾਜ ਦਾ ਆਪਣਾ ਕੋਈ ਧਰਮ ਨਹੀਂ 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 ਮਨਿੰਦਰ ਜੀ ਧਰਮ ਨਿਰਪੱਖ ਦਾ ਅੱਜ ਵੀ ਇਹ ਮਤਲਬ ਹੈ ਵੀ ਅਸੀਂ ਦਿਲੋਂ ਮੰਗ ਕੇ ਵੀ ਨਹੀਂ ਸਿੱਖ ਸਾਡੇ ਨਾਲ ਰਹਿਣ। ਨਾ ਇਹ ਨਹੀਂ ਗੱਲ। ਸਿੱਖ ਸਾਡੇ ਨਾਲ ਧਰਮ ਸੰਵਿਧਾਨ ਕਹਿੰਦਾ ਕਿ ਮੇਰੇ ਦੇਸ਼ ਦਾ ਕੋਈ ਧਰਮ ਨਹੀਂ। ਪਾਕਿਸਤਾਨ ਦਾ ਧਰਮ ਹੈ ਪਰ ਜਿਹੜਾ ਹਿੰਦੁਸਤਾਨ ਜਾਂ ਪਹਿਲੀ ਗੱਲ ਤਾਂ ਹਿੰਦੁਸਤਾਨ ਸ਼ਬਦ ਹੀ ਨਹੀਂ। ਭਾਰਤ ਸ਼ਬਦ ਹੈ ਸੰਵਿਧਾਨ ਦੇ ਵਿੱਚ। ਉਹਦਾ ਕੋਈ ਧਰਮ ਨਹੀਂ। ਆਪਣਾ ਕੋਈ ਧਰਮ ਨਹੀਂ। ਤੁਹਾਨੂੰ ਇਹ ਗੱਲ ਦੇ ਉੱਤੇ ਬਹੁਤ ਵੱਡੇ ਭਲੇਖੇ ਨੇ। ਜਿਹੜਾ ਪਾਕਿਸਤਾਨ ਹੈ ਮੁਸਲਮਾਨਾਂ ਨੇ ਲਿਆ ਸੀਗਾ ਜਿਹੜਾ ਹਿੰਦੂਸਤਾਨ ਲਿਆ ਗਿਆ ਸੀਗਾ ਉਹ ਸਿਰਫ ਮੇਨ Hindu Hindu ਇਹ ਇਹ ਤੁਸੀਂ ਧਰਮ ਦੇ ਆਧਾਰ ਤੇ ਤੁਹਾਨੂੰ ਗੱਲ ਸਮਝਣੀ ਪੂ Hindu ਦਾ ਮਤਲਬ ਕੀ ਹੈ ਹਿੰਦੂਸਤਾਨ ਜਿਹੜਾ ਕਿਹਾ ਜਾਂਦਾ ਇਹ ਭੂਗੋਲਿਕ ਇੱਕ ਉਹ ਹੈ ਧਰਮ ਤਾਂ ਸਨਾਤਨ ਹੀ ਹੈ ਸਨਾਤਨ ਦੀ ਸਾਰੇ ਹਿੱਸਾ ਨੇ ਠੀਕ ਹੈ ਤੁਸੀਂ ਕਹਿ ਰਹੇ ਅਗਲੇ ਕਿ ਪਾਕਿਸਤਾਨੀਆਂ ਦਾ ਇਹਦੇ ਵਿੱਚ ਜਿਹੜੇ ਵੀ ਰਹਿ ਰਹੇ ਹੋ ਹਿੰਦੂ ਹਿੰਦੂਸਤਾਨੀ ਨੇ ਸਾਰੇ ਹਾਂ ਹਿੰਦੂਸਤਾਨੀ ਕਹੇ ਪਰ Hindu ਨਹੀਂ ਨਾ ਕਹਿ ਸਕਦੇ ਨੇ ਤੁਸੀਂ ਜੋ ਦੇਸ਼ ਦੀ ਲੈਨੇ ਹੋ Hindu ਇੱਕ ਭੂਗੋਲਿਕ ਪਛਾਣ ਹੈ ਉਹ ਤਾਂ Hindu ਕੁਸ਼ ਪਰਬਤੋਂ ਹੀ ਬਣੀ ਵੀ ਗੱਲ ਹੈ ਮੈਂ ਉਹੀ ਕਹਿੰਦਾ Hindu ਇੱਕ ਭੂਗੋਲਿਕ ਪਛਾਣ ਹੈ ਇਹ ਪਛਾਣ ਨੂੰ ਤੁਸੀਂ ਦਿਨਾਈ ਨਹੀਂ ਕਰ ਸਕਦੇ ਭਾਰਤ ਆਪਣਾ ਜਿਹੜਾ ਕਹਿ ਰਿਹਾ ਉਹ ਤਾਂ ਧਰਮ ਨਿਰਪੱਖ ਹੈ ਤੁਸੀਂ ਸੰਵਿਧਾਨ ਤੋਂ ਮੰਨਦੇ ਹੋ ਨਾ ਧਰਮ ਨਿਰਪੱਖ ਤਾਂ ਤੁਹਾਨੂੰ ਸਮਝਣਾ ਪੁੱਤਰ ਧਰਮ ਨਿਰਪੱਖ ਦਾ ਤੁਹਾਡਾ ਮਤਲਬ ਕੀ ਹੁੰਦਾ ਜਿਹੜਾ ਦੇਸ਼ ਆਦਾ ਕੋਈ ਧਰਮ ਨਹੀਂ ਨਹੀਂ ਧਰਮ ਨਿਰਪੱਖ ਦਾ ਮਤਲਬ ਇਹ ਹੁੰਦਾ ਵੀ ਜਿੱਥੇ ਹਰੇਕ ਧਰਮ ਨੂੰ ਰਹਿਣ ਦਾ ਅਧਿਕਾਰ ਹੈ ਹਰੇਕ ਧਰਮ ਨੂੰ ਬਣਦਾ ਉਹਦਾ ਮਾਨ ਸਨਮਾਨ ਦਿੱਤਾ ਜਾਂਦਾ ਹੈ ਬਿਲਕੁਲ ਠੀਕ ਹੈ ਜੋ ਉਹ ਸਿੱਖਾਂ ਨੂੰ ਵੀ ਇੱਥੇ ਬਰਾਬਰ ਮਿਲਿਆ ਇੱਥੇ ਮੁਸਲਮਾਨਾਂ ਨੂੰ ਵੀ ਬਰਾਬਰ ਮਿਲਿਆ ਇੱਥੇ 크ਰਿਸਚੀਅਨਾਂ ਨੂੰ ਵੀ ਮਿਲਿਆ ਤੁਸੀਂ ਕਹਿ ਸਕਦੇ ਹੋ ਨਹੀਂ ਮਿਲਿਆ ਜੀ ਨੂੰ ਕੋਈ ਵਹਿਮ ਹੈ ਅੱਜ ਤੁਸੀਂ ਡਾਟੇ ਚੱਕ ਲਓ ਮੈਂ ਤੁਹਾਨੂੰ ਕਹੂੰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਹਿ ਰਿਹਾ ਹਾਂ ਇਹ ਡਾਟੇ ਜਰੂਰ ਦਿਖਾਓ ਤੁਹਾਡੇ ਕੋਲ ਹੈ ਨਹੀਂ ਤਾਂ ਤੁਹਾਨੂੰ ਮੈਂ ਦਊਂਗਾ 1947 ਦੇ ਵਿੱਚ ਜਦੋਂ ਇਹ ਮੁਲਕ ਅੱਡ ਅੱਡ ਹੋਇਆ ਠੀਕ ਹੈ ਜਦੋਂ ਪਾਕਿਸਤਾਨ ਬਣਿਆ ਤੇ ਹਿੰਦੁਸਤਾਨ ਬਣਿਆ ਪਾਕਿਸਤਾਨ ਦੇ ਵਿੱਚ 1947 ਦੇ ਵਿੱਚ ਜਿਹੜੇ ਸਿੱਖ ਸੀਗੇ ਉਦੋਂ ਕਿੰਨੀ ਮਾਤਰਾ ਚ ਸੀ ਅੱਜ ਉਹ ਕਿੰਨੀ ਮਾਤਰਾ ਚ ਨਹੀਂ ਠੀਕ ਹੈ ਜਿਹੜੇ ਹਿੰਦੂ ਸੀ ਉੱਥੇ ਰਹਿ ਗਏ ਸੀ ਉਹ ਜਿਹੜੇ ਕਿੰਨੀ ਕਿੰਨੇ ਪਰਸੈਂਟ ਸੀ ਅੱਜ ਉਹ ਕਿੰਨੇ ਪਰਸੈਂਟ ਨੇ ਦੂਜੀ ਗੱਲ ਜਦੋਂ ਹਿੰਦੁਸਤਾਨ ਬਣਿਆ ਹਿੰਦੁਸਤਾਨ 1947 ਤੋਂ ਬਾਅਦ ਬਣਿਆ ਚਲੋ ਭਾਰਤ ਕਹ ਲੋ ਤੁਸੀਂ ਮੈਨੂੰ ਇਸ ਚੀਜ਼ 'ਚ ਕੋਈ ਨਹੀਂ ਅਸੀਂ ਭਾਰਤ ਤੇ ਵੀ ਓਨਾ ਹੀ ਫਖਰ ਹੈ ਸੀ ਭਾਰਤੀ ਆ ਅਸੀਂ ਹਿੰਦੂਸਤਾਨੀ ਆ ਅਸੀਂ ਇੰਡੀਅਨ ਆ ਸਾਰਾ ਇਹ ਤੇ ਫਖਰ ਮਹਿਸੂਸ ਹੁੰਦਾ ਸਾਨੂੰ ਤਾਂ ਉਹਦੇ ਵਿੱਚ ਕੀ ਹੈ ਜਿਹੜਾ ਹੈਗਾ ਹਿੰਦੂਸਤਾਨ ਦੇ ਵਿੱਚ ਮੁਸਲਮਾਨ ਜਿਹੜੇ ਕਿੰਨੇ ਪਰਸੈਂਟ ਸੀ ਅੱਜ ਕਿੰਨੇ ਨੇ ਸਿੱਖ ਕਿੰਨੇ ਪਰਸੈਂਟ ਸੀ ਅੱਜ ਕਿੰਨੇ ਨੇ ਤੁਹਾਨੂੰ ਪਤਾ ਲੱਗ ਜੂਗਾ ਕਿ ਹਿੰਦੂਸਤਾਨ ਦੇ ਵਿੱਚ ਰਹਿਣ ਵਾਲੇ ਕਿੰਨੇ ਕੁ ਖੁਸ਼ ਨੇ ਤੇ ਪਾਕਿਸਤਾਨ 'ਚ ਰਹਿਣ ਵਾਲੇ ਕਿੰਨੇ ਕੁ ਖੁਸ਼ ਨੇ ਪਾਕਿਸਤਾਨ ਵੱਲੋਂ ਜਾਂ ਕਹਿ ਲੋ ਹੋਰ ਏਜੰਸੀਆਂ ਵੱਲੋਂ ਇੱਕ ਪ੍ਰੋਪਗੈਂਡੇ ਚਲਾਏ ਜਾਂਦੇ ਆ ਹਮੇਸ਼ਾ ਹਿੰਦੁਸਤਾਨ ਨੂੰ ਬਦਨਾਮ ਕਰਨ ਲਈ ਹਿੰਦੁਸਤਾਨ ਨੂੰ ਹਮੇਸ਼ਾ ਡਿਸਟਰਬ ਕਰਨ ਦੇ ਲਈ ਬਹੁਤ ਮੁੱਦਿਆਂ ਦੇ ਉੱਤੇ ਬਹੁਤ ਮੁੱਦਿਆਂ ਦੇ ਉੱਤੇ ਜਿੱਥੇ ਮੰਨ ਲਓ Hindu ਹੈ Hindu ਪੰਜਾਬ 'ਚ ਘੱਟ ਗਿਣਤੀ ਹੈ ਹਿੰਦੂਆਂ ਨਾਲ ਬੜੇ ਧੱਕੇ ਹੋਏ ਆ ਬਹੁਤ ਕੁਝ ਹੋਇਆ ਠੀਕ ਹੈ ਪਰ ਹੁੰਦਾ ਕੀ ਹੈ ਕੀ ਹੋਇਆ ਅਜੇ ਤੱਕ ਤੁਸੀਂ ਦੇਖੋ ਕਦੇ ਸਾਡੀ ਖੁੱਲ੍ਹ ਕੇ ਸਪੋਰਟ ਨਹੀਂ ਕਿਸੇ ਪਾਰਟੀ ਨੇ ਕੀਤੀ ਜਦੋਂ ਪਾਰਟੀ ਸਪੋਰਟ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਫਿਰ ਉਹੀ ਧਾਰਮਿਕ ਰੰਗ ਦੇ ਦਿੱਤਾ ਜਾਂਦਾ ਇਸ ਲਈ Hindu ਵੀ ਇਸ ਗੱਲ ਤੋਂ ਚੁੱਪ ਹੈ Hindu ਕਹਿੰਦਾ ਸੀ ਭਾਈਚਾਰਾ ਨਹੀਂ ਖਰਾਬ ਕਰਨਾ Hindu Sikh 9 ਮਾਸ ਦਾ ਰਿਸ਼ਤਾ ਠੀਕ ਹੈ ਜਿਹਨੂੰ ਕਾਇਮ ਰੱਖਣ ਦੇ ਲਈ ਜਿਹਨੂੰ ਜਿੰਨੀਆਂ ਕੁਰਬਾਨੀਆਂ ਦੇਣੀਆਂ ਪਈਆਂ ਉਹਨੇ ਅੱਜ ਤੱਕ ਦਿੱਤੀਆਂ ਤੇ ਅਸੀਂ ਸੀ ਨਹੀਂ ਕੀਤੀ ਹਿੰਦੂਆਂ ਦੀ ਇਹ ਖਾਸੀਅਤ ਹੈ ਹਿੰਦੂਆਂ ਦੀ ਕਹਿ ਲਓ ਇਹ ਮਤਲਬ ਬੜਪਣ ਹੈ ਹਿੰਦੂਆਂ ਦਾ ਹਿੰਦੂਆਂ ਨੇ 184 ਚ ਘੱਟ ਕੁਝ ਖੋਇਆ ਪਰ ਹਿੰਦੂਆਂ ਇਕਦੇ ਰੌਲਾ ਨਹੀਂ ਕਹਿੰਦੇ ਕੋਈ ਗੱਲ ਨਹੀਂ ਯਾਰ ਸਾਡਾ ਭਾਈਚਾਰਾ ਕਹਿੰਦਾ ਹਿੰਦੂ ਬਿਲਕੁਲ ਨਹੀਂ ਮਾਰੇ ਇਹ ਤਾਂ ਸਾਰੀ ਦੁਨੀਆ ਹੀ ਕਹਿੰਦੀ ਹੈ ਨਹੀਂ ਪਰ ਜਿਵੇਂ ਇਧਰ ਤੁਸੀਂ ਕਹਿ ਦਿੰਦੇ ਹੋ ਅਮਰਪਾਲ ਦਾ ਨਾਮ ਲੈ ਦਿੰਦੇ ਹੋ ਅਜਿਹੇ ਬੰਦੇ ਤਾਂ ਫਿਰ ਹਿੰਦੂਆਂ ਦੇ ਵਿੱਚ ਵੀ ਤਾਂ ਹੈ ਨਾ ਜਿਹੜੇ ਉਹਨਾਂ ਨੂੰ ਬਦਨਾਮ ਕਰ ਰਹੇ ਹੋ ਤੁਸੀਂ ਮੈਨੂੰ ਲੱਗਦਾ ਇਹ ਚੈਨਲ ਜੇ 10 ਵਾਰੀ ਕਰੋਗੇ ਫਿਰ ਉਹੀ ਆਊ ਗੱਲ ਮੈਨੂੰ ਇੱਕ ਗੱਲ ਦੱਸੋ ਹਿੰਦੂ ਤੇ ਸਿੱਖਾਂ ਚ ਜਿਹੜਾ ਜਾਂ ਮੁਸਲਮਾਨਾਂ ਦੇ ਵਿੱਚ ਕੋਈ ਵੀ ਬੰਦਾ ਮਾੜਾ ਜਿਹੜਾ ਠੀਕ ਹੈ ਉਹਨੂੰ ਤੁਸੀਂ ਮੈਨੂੰ ਦੱਸੋ ਵੀ ਕਦੋਂ ਕਿਹਾ ਗਿਆ ਵੀ ਨਹੀਂ ਜੀ ਇਹ ਤਾਂ ਚੰਗਾ ਯਾ ਇਹਦੀ ਸਪੋਰਟ ਕਰੋ ਜਦੋਂ ਮੰਨ ਲਓ ਹਿੰਦੂਆਂ ਦੇ ਵਿੱਚ ਤੁਸੀਂ ਕਹੋ ਵੀ ਆਹ ਬੰਦੇ ਨੇ ਆ ਕੀਤਾ ਸਾਡੇ ਤੋਂ ਉਹਦੇ ਬਾਰੇ ਚੰਗਾ ਕਹਾ ਕੇ ਦਿਖਾਓ ਤੁਸੀਂ ਮੈਨੂੰ ਸਪੈਸੀਫਿਕ ਬੰਦਾ ਦੋ ਤੁਸੀਂ ਨਹੀਂ ਮਾਰਿਆ ਕਹਿੰਦੇ ਪਰ ਸਰਕਾਰਾਂ ਕੇਸ ਨਹੀਂ ਪਾਉਂਦੀਆਂ ਉਹਨਾਂ ਨਾਲ ਰਾਇਤ ਰੱਖਦੀਆਂ ਆਂ ਸਾਡਾ ਇੱਕ ਨਾ 30 ਸਾਲ ਦਾ ਮੁੰਡਾ ਜੀ ਅੰਬਰਸਰ ਦਾ ਸੋਨੀ ਜਨਾਲਾ ਜੀ ਠੀਕ ਹੈ ਪਿਛਲੇ 22 ਦਿਨਾਂ ਤੋਂ 153 ਇਹਦੇ ਅੰਦਰ ਅੰਦਰ ਦਿੱਤਾ ਹੋਇਆ ਪੁਲਿਸ ਨੇ ਬਿਆਨ ਕਰਕੇ ਇੱਥੇ ਦਿੱਤਾ ਨਾ ਪਰ ਗੱਲ ਇੱਕ ਇੱਕ ਗੱਲ ਇੱਕ ਇੱਕ ਗੱਲ ਦਾ ਦੱਸੋ ਨਾ ਮੈਨੂੰ ਦੱਸੋ ਕਿਹੜਾ ਬਿਆਨ ਆ ਮਾੜਾ ਮੁੰਡੇ ਦਾ ਜਿਹੜੀਆਂ ਪੋਸਟਾਂ ਵਾਇਰਲ ਹੋਈਆਂ ਸੀ ਉਹਦੇ ਕਰਕੇ ਇੱਕ ਇੱਕ ਮੁੰਡਾ ਯਾਰ ਫੇਰ ਉਹੀ ਗੱਲ ਆ ਗਈ ਨਾ ਇਹ ਤਾਂ ਉਹੀ ਗੱਲ ਆ ਗਈ ਫੇਰ ਇੱਥੋਂ ਫਿਰ ਤਾਂ ਤੁਹਾਨੂੰ ਜਮਾ ਚੁੱਪੀ ਵੱਟ ਲੈਣੀ ਚਾਹੀਦੀ ਨਾ 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 ਪੰਜਾਬ ਸੇ ਮੈਂ ਮਨਿੰਦਰ ਵੀਰ ਇਸੇ ਗੱਲ ਦੇ ਉੱਤੇ ਆਉਣਾ ਜੇ ਤੁਸੀਂ ਪੁਲਿਸ ਦੀਆਂ ਐਫਆਈਆਰ ਨੂੰ ਸੱਚ ਮੰਨਦੇ ਹੋ ਹਾਂਜੀ ਫੇਰ ਤਾਂ ਜਿਹੜਾ ਕੁਝ ਪੁਲਿਸ ਨੇ ਹੁਣ ਤੱਕ ਲਿਖਿਆ ਉਹ ਸਾਰਾ ਕੁਝ ਸੱਚ ਹੈ ਸਹਿਮਤ ਹੋ ਤੁਸੀਂ ਨਹੀਂ ਮੰਨਦੇ ਨਾ ਐਨਐਸਏ ਲਾਉਣਾ ਵੀ ਗਲਤ ਹੈ ਕਿਹੜਾ ਜਿਹੜਾ ਅਮਰਤਪਾਲ ਲੜ ਗਿਆ ਤੇ ਐਨਐਸਏ ਬਿਨਾਂ ਗੱਲ ਤੋਂ ਲਾ ਮੈਂ ਤਾਂ ਥੋੜੇ ਤੋਂ ਪੁੱਛ ਰਿਆਂ ਤੁਸੀਂ ਉਹਨੂੰ ਸਹੀ ਮੰਨ ਰਹੇ ਹੋ ਮੈਂ ਤਾਂ ਇਹ ਪੁੱਛਦਾ ਵੀ ਐਨਐਸਏ ਲਾਉਣਾ ਸਹੀ ਹੈ ਜਿਹੜਾ ਬਿਲਕੁਲ ਸਹੀ ਹੈ ਇੱਕ ਬੰਦਾ ਥਾਣੇ ਦੇ ਵਿੱਚ ਵੜ ਕੇ ਮੇਰੀ ਗੱਲ ਸੁਨੋ ਸੋਨੀ ਜਨਾਲੇ ਦੀ ਸਿੰਗਲ ਸਟੇਟਮੈਂਟ ਮੈਨੂੰ ਦਿਖਾ ਦਿਓ ਸਟੇਟ ਦੇ ਖਿਲਾਫ ਸੋਨੀ ਜਨਾਲੇ ਦੀ ਮੈਨੂੰ ਸਿੰਗਲ ਸਟੇਟਮੈਂਟ ਦਿਖਾ ਦਿਓ ਸਿੱਖਾਂ ਦੇ ਖਿਲਾਫ ਸੋਨੀ ਜਨਾਲੇ ਦੀ ਮੈਨੂੰ ਸਿੰਗਲ ਸਟੇਟਮੈਂਟ ਦਿਖਾਓ ਜਿਹੜੀ ਹਿੰਦੂ ਸਿੱਖ ਭਾਈਚਾਰੇ ਵਿੱਚ ਕੋਈ ਫਰਕ ਪਾਉਂਦੀ ਹੋਵੇ ਠੀਕ ਹੈ ਤੇ ਆ ਅਮਰਤਪਾਲ ਸ਼ੁਕਰ ਠੀਕ ਹੈ ਜੀ ਬਹੁਤ ਵਧੀਆ ਇਹਦੇ ਲਈ ਰਵਨੀਤ ਬਿੱਟੂ ਨੇ ਸ਼ਬਦ ਵਰਤੇ ਆ ਬਹੁਤ ਵਧੀਆ ਲੀਡਰਾਂ ਨੇ ਇਹਦੇ ਲਈ ਸ਼ਬਦ ਵਰਤੇ ਆ ਇਹ ਕਿਵੇਂ ਕਹਿੰਦਾ ਸੀਗਾ ਮੈਂ ਇੱਕ ਐਸਐਸਪੀ ਦੇ ਮੂਹਰੇ ਬੈਠ ਕੇ ਤੂੰ ਥਾਣੇ 'ਚ ਸਾਡੇ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਓੜ ਲੈ ਕੇ ਠੀਕ ਹੈ ਤੂੰ ਉਹਦੇ ਵਿੱਚ ਵੜ ਗਿਆ ਐਸਐਸਪੀ ਦੇ ਮੂਹਰੇ ਹੀਰੋ ਬਣੀ ਬੈਠਾ ਫਿਰ ਤਾਂ ਤੂੰ ਝੱਲੀ ਨਹੀਂ ਗਈ ਫਿਰ ਭੱਜਿਆ ਕਿਉਂ ਕਹਿੰਦਾ ਸੀ ਭਾਈਦਿਆਂ ਨੂੰ ਵਾਣ ਇੱਕੋ ਜੇ ਹੁੰਦੇ ਭੁੱਲ ਗਿਆ ਬੀ ਭਾਈਦਿਆਂ ਨੂੰ ਵਾਣਤਾ ਇੱਕੋ ਜਿਹੇ ਹੁੰਦੇ ਆ ਪਰ ਉਹਦੇ ਵਿੱਚ ਇੱਕ ਜਣਾ ਭੱਜਣ ਵਾਲਾ ਹੁੰਦਾ ਤੇ ਦੂਜਾ ਭਜਾਉਣ ਵਾਲਾ ਹੁੰਦਾ ਉਹਨੂੰ ਪਤਾ ਲੱਗ ਗਿਆ ਵੀ ਭਾਈਦਿਆਂ ਨੂੰ ਵਾਣਾ ਦੇ ਵਿੱਚ ਪੰਜਾਬ ਪੁਲਿਸ ਭਜਾਉਣ ਆਲੀ ਸੀ ਤੇ ਉਹ ਭੱਜਣ ਵਾਲਾ ਸੀ ਠੀਕ ਹੈ ਕਿਸੇ ਵੀ Hindu leader ਨੇ ਜਿਹੜਾ ਕੰਮ ਕਰ ਰਿਹਾ ਜਿਹੜਾ ਸਨਾਤਨ ਦੇ ਲਈ ਕੰਮ ਕਰ ਰਿਹਾ ਜਿਹੜਾ Hindu Sikh ਭਾਈਚਾਰੇ ਲਈ ਕੰਮ ਕਰ ਰਿਹਾ ਜਿਹੜਾ ਰਾਸ਼ਟਰਵਾਦ ਲਈ ਕੰਮ ਕਰ ਰਿਹਾ ਮੈਨੂੰ ਉਹਦੀ ਸਿੰਗਲ ਸਟੇਟਮੈਂਟ ਦਿਖਾਓ ਸਟੇਟ ਦੇ ਖਿਲਾਫ ਤੁਹਾਨੂੰ ਜਿਹੜਾ ਇਹ ਕਹਿੰਦੇ ਆ ਤੁਹਾਨੂੰ ਤੁਹਾਡਾ ਸੰਵਿਧਾਨ ਉੱਥੇ ਸੰਵਿਧਾਨ ਭੁੱਲ ਜਾਂਦੇ ਹੋ ਉੱਥੇ ਕਹਿੰਦੇ ਨੇ ਤੁਸੀਂ ਸੰਵਿਧਾਨ ਨਹੀਂ ਮੰਨਦੇ ਜਦੋਂ ਤੁਸੀਂ ਕਿਸੇ ਹਿੰਦੂ ਲੀਡਰ ਨੂੰ ਸਵਾਲ ਕਰਨੇ ਆ ਜਦੋਂ ਤੁਸੀਂ ਕਿਸੇ ਸਿਆਣੇ ਬੰਦੇ ਨੂੰ ਸਵਾਲ ਕਰਨੇ ਆ ਉੱਥੇ ਤਾਂ ਸੰਵਿਧਾਨ ਦੀਆਂ ਗੱਲਾਂ ਆ ਜਾਂਦੀਆਂ ਜਦੋਂ ਅਮਰਤਪਾਲ ਵਰਗੇ ਸ਼ਰੇਆਮਤ ਜੀਆਂ ਉਡਾਉਂਦੇ ਆ ਸੰਵਿਧਾਨ ਦੀਆਂ ਉੱਥੇ ਨਹੀਂ ਕਿਸੇ ਨੇ ਪੁੱਛਿਆ ਵੀ ਕਾਕਾ ਤੈਨੂੰ ਸ਼ਰਮ ਨਹੀਂ ਆਉਂਦੀ ਹੈਂ ਸ਼੍ਰੀ ਆਪਣੇ ਬੀ ਆਰ ਅੰਬੇਦਕਰ ਸਾਹਿਬ ਨੇ ਜਿਹੜਾ ਸੰਵਿਧਾਨ ਬਣਾਇਆ ਤੂੰ ਉਹਨੂੰ ਨੂੰ ਵੀ ਨਹੀਂ ਮੰਨਦਾ ਜੇ ਕਿਸੇ ਤੇ ਗਲਤ ਪਰਚਾ ਹੋ ਗਿਆ ਠੀਕ ਹੈ ਬਹੁਤ ਵਾਰ ਗਲਤ ਪਰਚੇ ਹੋਏ ਆ ਸਾਡੇ ਦੇ ਵੀ ਗਲਤ ਪਰਚੇ ਹੋਏ ਆ ਠੀਕ ਹੈ ਅਸੀਂ ਉਹਦੀਆਂ ਇਨਕੁਆਰੀਆਂ ਲਵਾਈਆਂ ਪਰਚੇ ਕੈਂਸਲ ਹੋਗੇ ਠੀਕ ਹੈ ਕੋਈ ਵੀ ਬੰਦਾ ਤੁਸੀਂ ਸਮਝੋ ਐਫ ਆਈ ਆਰ ਕੀ ਹੈ ਐਫ ਆਈ ਆਰ ਮੀਨਸ ਫਰਸਟ ਇਨਫੋਰਮੇਸ਼ਨ ਰਿਪੋਰਟ ਉਹ ਇੱਕ ਤਰ੍ਹਾਂ ਦੀ ਤੁਹਾਡੀ ਕੰਪਲੇਂਟ ਦਰਜ ਹੋਈ ਹੈ ਉਹਦੇ ਵਿੱਚ ਕੋਈ ਬੰਦਾ ਦੋਸ਼ੀ ਨਹੀਂ ਹੋਇਆ ਯਾਰ ਇੰਨੀ ਅਨਪੜਤਾ ਕਈ ਲੋਕ ਐਡੇ ਮੂਰਖ ਨੇ ਪਰਚਾ ਹੋ ਗਿਆ ਜੀ ਪਰਚਾ ਪਰਚਾ ਹੋ ਗਿਆ ਤੁਹਾਡੇ ਖਿਲਾਫ ਕਿਸੇ ਬੰਦੇ ਨੇ ਕੋਈ ਸਟੇਟਮੈਂਟ ਦਿੱਤੀ ਠੀਕ ਹੈ ਜਿੰਨੀ ਦੇਰ ਚਾਰਜ ਨਹੀਂ ਫਰੇਮ ਹੁੰਦੇ ਘੱਟੋ ਘੱਟ ਚਾਰਜ ਫਰੇਮ ਹੋਣੀ ਜ਼ਰੂਰੀ ਹੈ ਜੇ ਕਿਸੇ ਬੰਦੇ ਨੂੰ ਦੋਸ਼ੀ ਕਹਿਣਾ ਉਸ ਤੋਂ ਵੀ ਬਾਅਦ ਦੇ ਸਹੀ ਮੈਨੇ ਵਿੱਚ ਦੇਖੋ ਜਿੰਨੀ ਦੇਰ ਕੋਈ ਕੋਰਟ ਕਿਸੇ ਬੰਦੇ ਨੂੰ ਦੋਸ਼ੀ ਨਹੀਂ ਕਰਾਰ ਦਿੰਦੀ ਉਨੀ ਦੇਰ ਉਹਨੂੰ ਉਹਦਾ ਮਤਲਬ ਤੁਸੀਂ ਉਹਦੇ ਬਾਰੇ ਨਹੀਂ ਕਹਿ ਸਕਦੇ ਪਰ ਇੱਕ ਬੰਦਾ ਇੱਥੇ ਕਮਾਲ ਹੀ ਹੋ ਗਈ Hindu ਬੰਦਾ ਸਾਡੇ ਜਿਹੜੇ ਹਿੰਦੂ ਮੁੰਡੇ ਨਵੇਂ ਉੱਠੇ ਆ ਲੀਡਰ ਜਿਹੜੇ ਨਹੀਂ ਬਰਦਾਸ਼ਤ ਕਰ ਰਹੇ ਜਿਹੜਾ ਹਿੰਦੂਆਂ ਦੇ ਖਿਲਾਫ ਇੱਕ ਪ੍ਰਚਾਰ ਕੀਤਾ ਜਾ ਰਿਹਾ ਹੈ ਜਾਂ ਹਿੰਦੂਆਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਜੇ ਸਾਡੇ ਮੁੰਡੇ ਕੋਈ ਬੋਲਣ ਲੱਗਦੇ ਆ ਉਹ ਸਿਰਫ ਪੋਸਟਾਂ ਪਾ ਰਹੇ ਆ ਪੋਸਟਾਂ ਵੀਕ ਪਾ ਰਹੇ ਆ ਕੋਈ ਕਿਸੇ ਧਰਮ ਦੇ ਖਿਲਾਫ ਨਹੀਂ ਕੋਈ ਕਿਸੇ ਮੁਲਕ ਦੇ ਖਿਲਾਫ ਨਹੀਂ ਕਿਸੇ ਸਟੇਟ ਦੇ ਖਿਲਾਫ ਨਹੀਂ ਠੀਕ ਹੈ ਉਹਨਾਂ ਤੇ ਚੱਕ ਕੇ ਜੀ 153 ਈਲ ਆਤੀ ਐ ਤਾਂ 400 ਮੁੰਡਾ ਮਿੱਤਰ ਦੂਜੇ ਪਾਸੇ ਵੀ ਜੇਲ੍ਹ ਚ ਦਿੱਤਾ ਕੋਈ ਐ ਘੱਟਦਾ ਨਹੀਂ ਕੀਤੀ ਪੁਲਿਸ ਨੇ ਕਾਦੀ ਚ ਦਿੱਤਾ ਜੀ ਉਹ 55 ਦੇ ਵਿੱਚ ਹੁਣ ਛੱਡਦੇ ਆ ਕਾਦੇ ਚੱਕੇ 751 ਕੀ ਹੁੰਦਾ ਜੀ ਪ੍ਰੀਵੈਂਟਿਵ ਐਕਟ 7 ਵੀ ਲਾਤੀ ਇੱਕ ਹਰੀਕੇ ਪੁਲ ਤੇ ਧਾਰਾ 307 ਵੀ ਬਹੁਤੇ ਜਾਣੇ ਤੇ ਲਾਤੀ ਤੇ ਉਹ ਚੱਲਿਆ ਕੀ ਕੁਛ ਸੀ ਉੱਥੇ ਉੱਥੇ ਪੁਲਿਸ ਨੇ ਘੁੱਟਿਆ ਗਿਆ ਵੀਡੀਓ ਤਾਂ ਬਣਾਉਣੀ ਦਿੱਤੀ ਵੀਡੀਓ ਹੈਗੀ ਆ ਸਾਹਮਣੇ ਕਰਨ ਦੇ ਉਹਨੂੰ ਪੁਲਿਸ ਵੀਡੀਓ ਸਾਹਮਣੇ ਜੀ ਕੋਟ ਜਾਓ ਕੁਐਸ਼ਿੰਗ ਪਾਓ ਜੇ ਤੁਹਾਡੇ ਕੋਲ ਹੈਗਾ ਮੈਂ ਫਿਰ ਗੱਲ ਉਹੀ ਆਉਂਦੀ ਹੈ ਨਾ ਜੀ ਮੇਰੇ ਮਨ ਮੇਰੀ ਗੱਲ ਸੁਣੋ ਮੇਰੇ ਬੰਦਿਆ ਦੇ ਉੱਤੇ ਮੰਨ ਲਓ ਸੋਨੀਏ ਜਨਾਲੇ ਦੇ ਉੱਤੇ ਪਰਚਾ ਦਿੱਤਾ ਗਿਆ 153 ਇਹਦਾ ਪਰਚਾ ਦਿੱਤਾ ਕਿਸੇ ਸਨਾਤਨੀ ਨੇ ਕਿਸੇ ਮਤਲਬ ਵਧੀਆ ਜਿਹੜਾ ਹਿੰਦੂ ਲੀਡਰ ਵੀ ਨੇ ਕਿਸੇ ਨੇ ਕੋਈ ਉੱਥੇ ਗੰਦ ਪਾਇਆ ਅਸੀਂ ਨਹੀਂ ਥਾਣੇ ਪਹੁੰਚ ਕੇ ਇਕੱਠੇ ਹੋ ਕੇ ਸਾਡਾ ਬੰਦਾ ਛੱਡੋ ਜੀ ਅਸੀਂ ਅਗਲਾ ਦੇਾਂਗੇ ਸਾਡਾ ਬੰਦਾ ਫੜਲੇ ਤੱਕੇ ਨਾ ਅਸੀਂ ਕਹਾਂ ਠੀਕ ਹੈ ਪੁਲਿਸ ਨੂੰ ਕੋਈ ਸੂਚਨਾ ਮਿਲੀ ਪੁਲਿਸ ਨੂੰ ਸ਼ੱਕ ਹੈ ਠੀਕ ਹੈ ਪੁਲਿਸ ਨੇ ਉਹਦੀ ਅਰੈਸਟ ਪਾਲੀ ਅਸੀਂ ਉਹਦੀ ਜ਼ਮਾਨਤ ਚ ਗਏ ਆ ਅਸੀਂ ਥਾਣੇ ਨਹੀਂ ਘੇਰ ਲੈ ਜਾ ਕੇ ਅਸੀਂ ਠਾਣਿਆਂ ਦੀ ਜਿੰਦਰੇ ਨਹੀਂ ਤੋੜਨ ਲੱਗੇ ਅਸੀਂ ਐਸਐਸਪੀਆਂ ਨੂੰ ਜਾ ਕੇ ਚੈਲੰਜ ਨਹੀਂ ਕਰਨ ਲੱਗੇ ਅਸੀਂ ਸਟੇਟ ਨੂੰ ਚੈਲੰਜ ਨਹੀਂ ਕਰਨ ਲੱਗੇ ਇਹੀ ਫਰਕ ਹੈ ਇੱਕ ਚੰਗੇ ਨਾਗਰਿਕ ਵਿੱਚ ਤੇ ਇੱਕ ਨਲਾਇਕ ਬੰਦੇ ਵਿੱਚ ਅਮਰਤਪਾਲ ਅਰਗਾ ਨਲਾਇਕ ਇਨਸਾਨ ਠੀਕ ਹੈ ਤੇ ਜਿਹੜੇ ਵੀ ਕੋਈ ਚਾਹੇ ਬਾਕੀ ਸਿੱਖ ਨੇ ਚਾਹੇ ਹਿੰਦੂ ਨੇ ਜਿਹੜੇ ਵੀ ਧਰਮਾਂ ਦੇ ਲੋਕ ਨੇ ਜੇ ਉਹਨਾਂ ਨਾਲ ਜਦੋਂ ਆਪਾਂ ਇਸ ਮੁਲਕ 'ਚ ਰਹਿੰਦੇ ਆ ਗਲਤ ਹੋਂਦਾ ਬਹੁਤ ਕੁਝ ਗਲਤ ਹੋ ਜਾਂਦਾ ਜੇਲਾ ਵਿੱਚ ਜਿਹੜੇ ਬੈਠਿਆ ਬੰਦੇ 100% ਸਹੀ ਬੈਠੇ ਆ ਬਹੁਤ ਲੋਕਾਂ ਦੇ ਗਲਤ ਪਰਚੇ ਹੋਏ ਹੋਏ ਆ ਠੀਕ ਹੈ ਬੜੀਆਂ ਚੀਜ਼ਾਂ ਹੋ ਜਾਂਦੀਆਂ ਪਰ ਉਹ ਇੱਕ ਸੰਵਿਧਾਨ ਹੈ ਤੁਹਾਡਾ ਉਹਦੇ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਆਪਦੀ ਲੜਾਈ ਲੜੋ ਤੁਹਾਡੇ ਕੋਲ بڑے ਹੱਲ ਨੇ ਤੁਹਾਡੇ ਤੇ ਜੇ ਕੋਈ ਗਲਤ ਪਰਚਾ ਹੋ ਗਿਆ ਤੁਹਾਨੂੰ ਜੇਲ੍ਹ ਜਾਣਾ ਪੈ ਗਿਆ ਤੁਹਾਨੂੰ ਖੱਜਲ ਖਵਾਰੀ ਹੋ ਗਈ ਤੁਹਾਨੂੰ ਮੈਂਟਲ ਹਰਾਸ਼ਮੈਂਟ ਹੋ ਗਈ ਤੁਹਾਡਾ ਵਪਾਰ ਫੇਲ ਹੋ ਗਿਆ ਤੁਹਾਡਾ ਪਰਿਵਾਰ ਡਿਸਟਰਬ ਹੋ ਗਿਆ ਤੁਸੀਂ ਉਸ ਤੋਂ ਬਾਅਦ ਕਲੇਮ ਪਾ ਸਕਦੇ ਹੋ ਪਰ ਸਾਡੀ ਸਾਡੇ ਇੰਡੀਆ ਚ ਕਲਚਰ ਹੀ ਹੈ ਨਹੀਂ ਅਸੀਂ ਪਾਉਂਦੇ ਨਹੀਂ ਕਿੰਨਿਆਂ ਨੇ ਅੱਜ ਤੱਕ ਪਾਏ ਆ ਪੁਲਿਸ ਤੇ ਕਿਸੇ ਨੇ ਨਹੀਂ ਪਾਇਆ ਤਾਂ ਇਹ ਠੀਕ ਹੈ ਤੁਸੀਂ ਥੋੜੀ ਇਹ ਥੋੜੀ ਆਪਦੀ ਮਰਜ਼ੀ ਹੈ ਪਰ ਤੁਹਾਡੇ ਸੰਵਿਧਾਨ ਨੇ ਤੁਹਾਨੂੰ ਹੱਕ ਦਿੱਤਾ ਵੀ ਜੇ ਕੋਈ ਗਲਤ ਤੁਹਾਡੇ ਨਾਲ ਹੁੰਦਾ ਉਹਦਾ ਭੁਗਤਾਨ ਸਟੇਟ ਨੂੰ ਕਰਨਾ ਪਊਗਾ ਪਰ ਨਹੀਂ ਜਾਂਦੇ ਆ ਨਵੀਂ ਰੀਤ ਚਲਾਉਣ ਲੱਗਿਆ ਸੀ ਅਮਰਤਪਾਲ ਠੀਕ ਹੈ ਇਹਨੂੰ ਮੈਂ ਤੁਹਾਨੂੰ ਮੈਂ ਫੇਰ ਵਾਰ-ਵਾਰ ਕਹੂੰਗਾ ਇਹਨੂੰ ਸੂਰੀ ਸਾਹਿਬ ਦੇ ਮਰਡਰ ਵੇਲੇ ਜੇ ਅੰਦਰ ਠੋਕਿਆ ਹੁੰਦਾ ਆ ਗੰਦ ਨਾ ਪੈਂਦਾ ਪੰਜਾਬ 'ਚ ਜਿਹੜਾ ਹੁਣ ਗੰਦ ਪੈ ਗਿਆ ਪਰ ਫਿਰ ਵੀ ਇੱਥੇ ਪੰਜਾਬ ਪੁਲਿਸ ਦਾ ਬਹੁਤ ਸ਼ਲਾਘਾਯੋਗ ਕੰਮ ਹੈ ਇਹਨੂੰ ਟਾਈਮ ਨਾਲ ਹੀ ਮੈਂ ਤਾਂ ਕਹਿੰਨੇ ਨੂੰ ਫੜਨ ਵੀ ਨਾ ਮੈਂ ਤਾਂ ਕਹਿੰਨੇ ਨੂੰ ਫੜਨ ਵੀ ਇਹਨੂੰ ਭਜਾ ਕੇ ਰੱਖਣਾ ਹੈ ਜਿਹੜਾ ਨੇ ਕਿਹਾ ਸੀ ਨਾ ਵੀ ਭਾਈਦਿਆਂ ਨੂੰ ਵਾਹਨ ਇੱਕੋ ਜੇ ਹੁੰਦੇ ਆ ਇਹਨੂੰ ਵਾਹਨ ਹੀ ਮਨਵਾਉਣੇ ਆ ਪੰਜਾਬ ਦੇ ਕਿੰਨੇ ਆ ਠੀਕ ਹੈ ਇਹਨੂੰ ਕਹਦੇ ਆਂ ਭੱਜ ਤੂੰ ਤੇ ਸਾਡੀ ਪੰਜਾਬ ਪੁਲਿਸ ਨੂੰ ਬਿੰਦੇ ਇਹਨੂੰ ਪੜੋ ਨਾ ਇਹਨੂੰ ਭਜਾ ਰੱਖ ਜਦੋਂ ਕੋਲੇ ਆ ਗਿਆ ਪੈਰਾਂ ਡਾਂਗਾ ਮਾਰ ਕੇ ਇਹਨੂੰ ਕਹਦੇ ਭੱਜਲਾ ਫਿਰ ਠੀਕ ਹੈ ਸਟੇਟ ਨਾਲ ਪੰਗਾ ਲੈਣ ਵਾਲੇ ਬੰਦੇ ਦਾ ਪੰਜਾਬ ਦਾ ਕੀ ਹਿੰਦੁਸਤਾਨ ਦੇ ਕਿਸੇ ਵੀ ਹਿੱਸੇ ਦਾ ਮਾਹੌਲ ਖਰਾਬ ਕਰਨ ਵਾਲੇ ਬੰਦੇ ਦਾ ਜਿਹੜਾ ਬੰਦਾ ਇਨਸਾਨੀਅਤ ਲਈ ਮਾੜਾ ਜਿਹੜਾ ਬੰਦਾ ਸਮਾਜ ਲਈ ਮਾੜਾ ਪੁਲਿਸ ਨੂੰ ਉਹਦੇ ਖਿਲਾਫ ਸਖਤ ਐਕਸ਼ਨ ਲੈਣਾ ਚਾਹੀਦਾ ਜਿਹੜਾ ਪੰਜਾਬ ਪੁਲਿਸ ਨੇ ਵੀ ਲਿਆ ਬਹੁਤ ਸ਼ਲਾਘਾਯੋਗ ਕੰਮ ਹੈ ਤੇ ਇਹਨੂੰ ਆਹੀਂ ਭਜਾ ਕੇ ਰੱਖਣਾ ਚਾਹੀਦਾ ਮੇਰਾ ਕਹਿਣਾ ਬਹੁਤ ਵਧੀਆ ਹੋ ਗਿਆ ਗ੍ਰਿਫਤਾਰ ਕਿਉਂਕਿ ਜੇ ਬੰਦਾ ਗ੍ਰਿਫਤਾਰ ਹੋ ਜਾਂਦਾ ਫਿਰ ਧਰਨੇ ਧੁਰਨੇ ਲੱਗਣੇ ਸੀ ਮੇਰਾ ਕਹਿਣਾ ਬੜਾ ਵਧੀਆ ਕੰਮ ਹੈ ਗ੍ਰਿਫਤਾਰ ਹੋਇਆ ਨਹੀਂ ਆਪ ਹੀ ਪਘੋੜਾ ਹੋਇਆ ਤੇ ਜਿਹੜਾ ਪਘੋੜਾ ਹੋਇਆ ਪਘੋੜਾ ਦਾ ਇੱਥੇ ਟੈਗ ਲ ਜਿਨ੍ਹਾਂ ਦੀ ਗੱਲ ਕਰਦਾ ਸੀ ਜਿਹੜੇ ਇਹਦੇ ਲਈ ਬੜੇ ਬੁੱਕਦੇ ਸੀ ਉਹਨਾਂ ਨੂੰ ਸਭ ਨੂੰ ਪਤਾ ਲੱਗ ਗਿਆ ਕਿ ਇਹ ਬੰਦੇ ਦੀ ਅਸਲੀਅਤ ਕੀ ਹੈ ਇਹ ਜਿੰਨੀਆਂ ਇਹਨੇ ਬੜਕਾਂ ਮਾਰਨੀਆਂ ਸੀ ਇਹਨੇ ਮਾਰ ਲੀਆਂ ਪਰ ਅਮਰਤਪਾਲ ਦਾ ਜਿਹੜਾ ਅਸਲ ਚਿਹਰਾ ਮਤਲਬ ਇਹ ਆਇਆ ਸਾਹਮਣੇ ਬਹੁਤ ਹੀ ਵਧੀਆ ਹੋਇਆ ਇਹਦੇ ਨਾਲ ਲੋਕਾਂ ਨੂੰ ਪਤਾ ਲੱਗੂ ਵੀ ਸਟੇਟ ਨਾਲ ਪੰਗਾ ਲੈਣਾ ਕੀ ਹੁੰਦਾ ਕਿਸੇ ਦੇਸ਼ ਮੁਲਕ ਦਾ ਕਿਸੇ ਦਾ ਮਾਹੌਲ ਖਰਾਬ ਕਰਨਾ ਕੀ ਹੁੰਦਾ ਠੀਕ ਹੈ ਜਿਹੜਾ ਕਹਿੰਦਾ ਸੀ ਕੀ ਗੱਲ ਬਾਣੀਆਂ ਦੀਆਂ ਲਾਲਿਆਂ ਦੀਆਂ ਫੈਕਟਰੀਆਂ ਨਹੀਂ ਬੰਦ ਕਰਾਈਆਂ ਜਾਂਦੀਆਂ ਹੈ ਜਿਹੜਾ ਹਿੰਦੂ ਸਿੱਖ ਭਾਈਚਾਰੇ ਵਿੱਚ ਵੀ ਕਿਤੇ ਨਾ ਕਿਤੇ ਪਾੜ ਪਵਾ ਦਾਣਾ ਸੀ ਜੀ ਨੇ ਇਹ ਤਾਂ ਇਹ ਤਾਂ ਵਾਕਈ ਕੋਈ ਗੁਰੂ ਪੀਰਾਂ ਦੀ ਇੱਥੇ ਮੇਰ ਹੈ ਇੱਥੇ ਇਹ ਇਹ ਧਰਤੀ ਨੂੰ ਕੋਈ ਬਖਸ਼ਿਸ਼ ਹੈ ਜਿਹੜੀ ਬੜੇ ਇੱਥੇ ਸ਼ਾਜਸ਼ਾ ਹੋਈਆਂ ਪਰ ਹਿੰਦੂ ਸਿੱਖ ਭਾਈਚਾਰੇ ਨੂੰ ਕੋਈ ਤੋੜ ਹੀ ਨਹੀਂ ਪਾਇਆ ਉਹੀ ਪ੍ਰੇਮ ਅੱਜ ਵੀ ਬਰਕਰਾਰ ਹੈ ਤਨਵਰ ਪਾਰਕ ਤਨਵਰ ਅੱਜ ਅੱਗਲ ਬਾਤ ਕੀਤੀ ਸੰਦੀਪ ਪਾਰਕ ਸਾਹਿਬ ਨਾਲ ਸਵਾਲ ਕੀਤੇ ਜੋ ਰਾਮ ਨੌਮੀ ਨੂੰ ਲੈ ਕੇ ਪੰਜਾਬ ਵਿੱਚ ਹੋਈਆਂ ਘਟਨਾਵਾਂ ਨੂੰ ਲੈ ਕੇ ਉਹਨਾਂ ਤੋਂ ਸਵਾਲ ਕੀਤੇ ਕਿ ਇਸ ਤੇ ਉਹਨਾਂ ਦਾ ਕੀ ਪੱਖ ਹੈ ਕਿਉਂਕਿ ਜਿਹੜੀਆਂ ਘਟਨਾਵਾਂ ਇਹ ਕਿਹਾ ਜਾਂਦਾ ਹੈ ਕਿ ਘੱਟ ਗਿਣਤੀਆਂ ਨਾਲ ਧੱਕੇ ਉਹਨਾਂ ਦੇ ਉੱਤੇ ਉਹਨਾਂ ਤੋਂ ਪੱਖ ਲੇ ਤਾਂ ਉਹਨਾਂ ਨੇ ਆਪਣਾ ਪੱਖ ਜਿਹੜਾ ਉਹ ਰੱਖਿਆ ਉਮੀਦ ਹੈ ਤੁਹਾਨੂੰ ਇਹ ਇੰਟਰਵਿਊ ਪਸੰਦ ਆਵੇਗੀ ਹੋਰ ਇਸ ਤਰੀਕੇ ਦੀਆਂ ਇੰਟਰਵਿਊ ਦੇ ਲਈ ਦੇਖਦੇ ਰਹੋ ਲੋਕ ਵਾਈ ਟੀਵੀ